ਹਾਲੇਲੂਯਾ ਹਾਲੇਲੂਯਾ ਜਿਨ੍ਹਾਂ ਨੇ ਦੁਨੀਆ ਦੇਖੀ ਹੈ ਇੱਧਰ ਉੱਧਰ ਦੇਖਿਆ ਤਾਲੀਆਂ ਨਹੀਂ ਮਾਰੀਆਂ ਅੱਖਾਂ ਖੋਲ ਕੇ ਇੱਕ ਦੂਸਰੇ ਨੂੰ ਦੇਖਦੇ ਰਹੇ ਆ ਉਹ ਸੱਚਮੁੱਚ ਮੇਲਾ ਦੇਖਣਗੇ ਤਾਂ ਚਲੇ ਜਾਣਗੇ ਘਰ ਨੂੰ ਹਾਲੇਲੂਯਾ ਹਾਲੇਲੂਯਾ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਦੋਂ ਆਉਂਦੇ ਹਾਂ ਪ੍ਰਭੂ ਦੇ ਘਰ ਵਿੱਚ ਜਦੋਂ ਅਸੀਂ ਆਉਂਦੇ ਹਾਂ ਆਪਣਾ ਪੂਰਨ ਸਮਰਪਣ ਉਹਦੇ ਕਦਮਾਂ ਵਿੱਚ ਕਰੋ ਆਪਣਾ ਪੂਰਨ ਸਮਰਪਣ ਸਰੈਂਡਰ ਕਰਨਾ ਆਪਣਾ ਮਨ ਆਪਣਾ ਹਿਰਦੇ ਆਪਣੇ ਵਿਚਾਰਾਂ ਨੂੰ ਪੂਰੀ ਤਰ੍ਹਾਂ ਕੰਸਨਟ੍ਰੇਟ ਕਰਨਾ ਪੂਰੀ ਤਰ੍ਹਾਂ ਪਰਮੇਸ਼ਵਰ ਵੱਲ ਲਗਾਉਣਾ ਪਿੱਛੇ ਨੂੰ ਭੁੱਲ ਜਾਇਆ ਕਰੋ ਕਿ ਪਿੱਛੇ ਅਸੀਂ ਘਰ ਵਿੱਚ ਕੀ ਕਰਕੇ ਆਇਆ ਪਿੱਛੇ ਅਸੀਂ ਕੀ ਛੱਡ ਕੇ ਆਇਆ ਜਦੋਂ ਤੁਸੀਂ ਗੇਟ ਕ੍ਰੋਸ ਕਰਦੇ ਹੋ ਪਿਛਲੇ ਵਿਚਾਰ ਖਤਮ ਕਰ ਦਿਓ ਕਿਉਂਕਿ ਇਹ ਸਮੇਂ ਵਾਪਸ ਨਹੀਂ ਆਇਆ ਜਿਹੜਾ ਇੱਕ ਵਾਰੀ ਸਮੇਂ ਚਲਾ ਗਿਆ ਫਿਰ ਉਹ ਵਾਪਸ ਨਹੀਂ ਆਇਆ ਹਾਲੇਲੂਯਾ ਜਿਹੜਾ ਅਭਿਸ਼ੇਕ ਤੁਹਾਡੇ ਤੇ ਉਤਰਿਆ ਅੱਜ ਜਿਹੜਾ ਪਵਿੱਤਰ ਆਤਮਾ ਦਾ ਅਭਿਸ਼ੇਕ ਤੁਹਾਡੇ ਤੇ ਅੱਜ ਕੰਮ ਕਰ ਰਿਹਾ ਸੀ ਮੈਂ ਦੇਖ ਰਿਹਾ ਸੀ ਕਿ ਪ੍ਰਭੂ ਅੱਗ ਦੀਆਂ ਜੀਭਾਂ ਬਣ ਕੇ ਤੁਹਾਡੇ ਤੇ ਉਤਰਦੀਆਂ ਅੱਗ ਦੀਆਂ ਜੀਭਾਂ ਆਤਮਾ ਦੇ ਦੁਆਰਾ ਤੁਹਾਡੇ ਤੇ ਉਤਰ ਰਹੀਆਂ ਸੀ ਉਹ ਅੱਗ ਦੀਆਂ ਲਾਟਾਂ ਨੂੰ ਮੈਂ ਦੇਖ ਰਿਹਾ ਸੀ ਉਹ ਅੱਗ ਦੇ ਅਭਿਸ਼ੇਕ ਨੂੰ ਮੈਂ ਤੁਹਾਡੇ ਵਿਚਕਾਰ ਦਿੱਤਾ ਪਿਆ ਸੀ ਉਹ ਸਾਡਾ ਪਰਮੇਸ਼ਵਰ ਜਿਹੜਾ ਇੱਕ ਬਲਦੀ ਹੋਈ ਅੱਗ ਦੀ ਤਰ੍ਹਾਂ ਜਿਹੜਾ ਇਨਸਾਨ ਉਸਦੇ ਨਾਲ ਟਕਰਾਉਂਦਾ ਉਹ ਅੱਗ ਦੇ ਵਿੱਚ ਖਤਮ ਹੋ ਜਾਂਦਾ ਜਿਹੜੇ ਸ਼ੈਤਾਨ ਹੈ ਉਸ ਪਰਮੇਸ਼ਵਰ ਨਾਲ ਨਹੀਂ ਟਕਰਾ ਸਕਦਾ ਉਹ ਆਪਣੇ ਆਪ ਨੂੰ ਪਰਮੇਸ਼ਵਰ ਵਰਗਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਉਹ ਆਪਣੇ ਆਪ ਨੂੰ ਕਦੇ ਵੀ ਪਰਮੇਸ਼ਵਰ ਦੇ ਤੁਲ ਨਹੀਂ ਬਣਾ ਸਕਦਾ ਉਹ ਹਮੇਸ਼ਾ ਸਵਰਗ ਚੋਂ ਗਿਰਾਇਆ ਗਿਆ ਫਰਿਸ਼ਤੇ ਨੇ ਔਰ ਉਹ ਹਮੇਸ਼ਾ ਧਰਤੀ ਤੇ ਰਹਿਣਗੇ ਕਦੀ ਸਵਰਗ ਦੇ ਅਧਿਕਾਰੀ ਨਹੀਂ ਹੋਣਗੇ ਉਹ ਦੁਸ਼ਟ ਆਤਮਾ ਔਰ ਪਰਮੇਸ਼ਵਰ ਨੇ ਪੈਰਾਂ ਥੱਲੇ ਖੁਦ ਵੀ ਲਤਾੜਿਆ ਔਰ ਤੁਹਾਨੂੰ ਵੀ ਲਤਾੜਨ ਦਾ ਅਧਿਕਾਰ ਦਿੱਤਾ ਹਾਲੇਲੂਯਾ 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 ਜਿੰਨੇ ਵੀ ਅੱਜ ਨਵੇਂ ਲੋਕ ਆਏ ਨੇ ਉਹਨਾਂ ਲਈ ਇੱਕ ਵਾਰੀ ਸਵਾਗਤ ਦੇ ਲਈ ਤਾਲੀਆਂ ਮਾਰਦੇ ਹਾਂ ਜਿੰਨੇ ਵੀ ਨਵੇਂ ਭੈਣ ਭਰਾ ਕੁਛ ਆਸ ਲੈ ਕੇ ਆਏ ਨੇ ਆਪਣੇ ਮਨ ਵਿੱਚ ਕੁਛ ਆਸ ਲੈ ਕੇ ਆਏ ਨੇ ਮੇਰਾ ਵਿਸ਼ਵਾਸ ਹੈ ਕਿ ਮੇਰਾ ਖੁਦਾ ਉਹਨਾਂ ਦੀ ਆਸ਼ਾ ਨੂੰ ਪੂਰੀ ਤਰ੍ਹਾਂ ਬਲੈਸਡ ਕਰੇਗਾ ਉਹਨਾਂ ਦੀ ਆਸ਼ਾ ਨੂੰ ਕਦੇ ਵੀ ਨਿਰਾਸ਼ਾ ਵਿੱਚ ਨਹੀਂ ਬਦਲੇਗਾ ਜੇ ਉਹ ਨਿਰਾਸ਼ ਆਏ ਨੇ ਤਾਂ ਅੱਜ ਆਸ਼ਾ ਨਾਲ ਭਰ ਕੇ ਜਾਣਗੇ ਜੇ ਉਹ ਦੁਖੀ ਆਏ ਨੇ ਤਾਂ ਅੱਜ ਸੁਖੀ ਹੋ ਕੇ ਜਾਣਗੇ ਜੇ ਉਹ ਪਰੇਸ਼ਾਨ ਆਏ ਨੇ ਤਾਂ ਅੱਜ ਉਹਨਾਂ ਦੀ ਪਰੇਸ਼ਾਨੀ ਦੂਰ ਹੋਏਗੀ ਜੇ ਉਹ ਬਿਮਾਰੀ ਲੈ ਕੇ ਆਏ ਨੇ ਤਾਂ ਅੱਜ ਚੰਗੇ ਹੋ ਕੇ ਜਾਣਗੇ ਜੇ ਦੁਸ਼ਟ ਆਤਮਾ ਨੇ ਜਗੜਿਆ ਤਾਂ ਅੱਜ ਦੁਸ਼ਟ ਆਤਮਾ ਤੋਂ ਆਜ਼ਾਦ ਹੋ ਕੇ ਜਾਣਗੇ ਕਿਉਂਕਿ ਮੇਰਾ ਪਰਮੇਸ਼ਵਰ ਸਾਮਰਥੀ ਪਰਮੇਸ਼ਵਰ ਹੈ ਮੇਰਾ ਖੁਦਾ ਬਲਸ਼ਾਲੀ ਖੁਦਾ ਹੈ ਮੇਰਾ ਪਰਮੇਸ਼ਵਰ ਰਾਜਿਆਂ ਦਾ ਰਾਜਾ ਹੈ ਉਹ ਪ੍ਰਭੂਆਂ ਦਾ ਪ੍ਰਭੂ ਹੈ ਤੇ ਅਲਫਾ ਦਾ ਓਮੇਗਾ ਹੈ ਉਹ ਆਦਿ ਤੇ ਅੰਤ ਹੈ ਉਹ ਏ ਟੂ ਜ਼ੈਡ ਹੈ ਉਹ ਜ਼ਮੀਨ ਤੋਂ ਲੈ ਕੇ ਸਵਰਗ ਤੱਕ ਆਪਣੀ ਪਹੁੰਚ ਰੱਖਦਾ ਹੈ ਔਰ ਸ੍ਰਿਸ਼ਟੀ ਦੀ ਕੋਈ ਵੀ ਚੀਜ਼ ਉਸ ਤੋਂ ਛੁੱਪੀ ਨਹੀਂ ਹੈ ਤੁਹਾਡੇ ਦਿਲਾਂ ਤੇ ਗੁਰਦਿਆਂ ਨੂੰ ਜਾਣਨ ਵਾਲਾ ਪਰਮੇਸ਼ਵਰ ਮੇਰਾ ਪਰਮੇਸ਼ਵਰ ਯੇਸ਼ੂ ਇਸ ਜਗ੍ਹਾ ਤੇ ਹਾਜ਼ਰ ਹੈ ਮੇਰਾ ਪਰਮੇਸ਼ਵਰ ਇਸ ਜਗ੍ਹਾ ਤੇ ਹਾਜ਼ਰ ਹੈ ਆਮੇਨ ਹਾਲੇਲੂਯਾ ਹਾਲੇਲੂਯਾ ਤੂੰ ਇਸ ਜਗ੍ਹਾ ਦੇ ਉੱਤੇ ਹਾਲੇਲੂਯਾ ਉਹ ਹਾਜ਼ਰ ਹੈ ਇਸ ਜਗ੍ਹਾ ਤੇ ਹਾਲੇਲੂਯਾ ਉਸ ਦੀ ਹਜ਼ੂਰੀ ਇਸ ਜਗ੍ਹਾ ਤੇ ਹੈ ਉਸ ਦੀ ਪ੍ਰੈਜ਼ੈਂਸ ਇਸ ਜਗ੍ਹਾ ਤੇ ਹੈ ਹਮ ਦੇਖ ਰਹੇ ਆਪਣੀ ਅੱਖਾਂ ਸੇ ਹਾਲੇਲੂਯਾ ਹਾਲੇਲੂਯਾ ਆਪਣੀ ਆਤਮਿਕ ਅੱਖਾਂ ਸੇ ਦੇਖੋ ਆਪਣੇ ਮਨ ਦੀ ਅੱਖਾਂ ਸੇ ਦੇਖੋ ਉਸ ਤੀਸਰੇ ਨੇਤਰ ਸੇ ਦੇਖੋ ਕਿ ਪਰਮੇਸ਼ਵਰ ਕੀ ਪ੍ਰੈਜ਼ੈਂਸ ਇਸ ਜਗ੍ਹਾ ਤੇ ਹੈ ਹਾਲੇਲੂਯਾ 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 ਆਓ ਖੇਲੇ ਆਓ ਆਪਣੀ ਪਵਿੱਤਰ ਬਾਈਬਲ ਕੋ ਖੋਲਤੇ ਹੈ ਆਓ ਆਪਣੇ ਆਪਣੀ ਪਵਿੱਤਰ ਬਾਈਬਲ ਕੋ ਲੇ ਖੋਲੋ ਇਸ ਕੋ ਪ੍ਰੇਰਕੋ ਕੇ ਕਾਮ ਪੰਜਾਬੀ ਵਿੱਚ ਚੇਲਿਆਂ ਦੇ ਕਰਤੱਵ ਰਸੂਲਾਂ ਦੇ ਕੰਮ ਪੰਜਾਬੀ ਦੇ ਵਿੱਚ ਹਿੰਦੀ ਵਿੱਚ ਪ੍ਰੇਰਕੋ ਕੇ ਕਾਮ ਇੰਗਲਿਸ਼ ਵਿੱਚ ਐਕਟਸ ਦੋ ਅਧਿਆਇ ਉਸਦਾ ਇੱਕ ਵਚਨ ਦੋ ਅਧਿਆਇ ਉਸਕਾ ਇੱਕ ਵਚਨ ਪਹਿਲੇ ਇੰਗਲਿਸ਼ ਮੇ ਪੜ੍ਹੇਂਗੇ ਉਸਕੇ ਬਾਅਦ ਹਿੰਦੀ ਫਿਰ ਪੰਜਾਬੀ ਦੇ ਵਰ ਆਲ ਟੂਗੈਦਰ ਇਨ ਵਨ ਪਲੇਸ ਯੈਸ ਅਗੇ ਵੀ ਪੜ੍ਹੋ ਐਂਡ ਸਡਨਲੀ ਦੇਅਰ ਕਮ ਫਰੋਮ ਹੈਵਨ ਏ ਸਾਊਂਡ ਲਾਈਕ ਏ ਮਾਈਟੀ ਰਸ਼ਿੰਗ ਵਾਈਂਡ ਐਂਡ ਇਟ ਫਿਲਡ ਦਾ ਇੰਟਾਇਰ ਹਾਊਸ ਵੇਅਰ ਦੇ ਵਰ ਸਿਟਿੰਗ ਐਂਡ ਡਿਵਾਈਡਿਡ ਟੰਗਸ ਐਜ਼ ਆਫ ਫਾਇਰ ਅਪੀਅਰਡ ਟੂ ਦੈਮ ਐਂਡ rested on each one of them yes. and they were filled and they were all filled with the holy spirit and began to speak in other tongues as the spirit gave them utterance yes punjabi ch bol ja pentecost da din aaya ha jadon oh sab ik thaan ikatthe san haan ji aur achanak aakash ton ik goonj aayi
ਜਿਹੀ ਵੱਡੀ ਭਾਰੀ ਹਨੇਰੀ ਦੇ ਵਗਣ ਦੀ ਹੁੰਦੀ ਹੈ ਤੇ ਉਸ ਨਾਲ ਸਾਰਾ ਘਰ ਜਿੱਥੇ ਉਹ ਬੈਠੇ ਸਨ ਭਰ ਗਿਆ ਔਰ ਉਹਨਾਂ ਨੂੰ ਅੱਗ ਜਿਹੀਆਂ ਜੀਭਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਤੇ ਉਹ ਉਹਨਾਂ ਵਿੱਚੋਂ ਹਰੇਕ ਉੱਤੇ ਠਹਿਰੀਆਂ ਤਦ ਉਹ ਸਭੇ ਪਵਿੱਤਰ ਆਤਮਾ ਨਾਲ ਭਰ ਗਏ ਤੇ ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਹਨਾਂ ਨੂੰ ਬੋਲਣ ਦਿੱਤਾ। ਹਾਲੇਲੂਯਾ, ਹਾਲੇਲੂਯਾ, ਪ੍ਰੇਜ਼ ਦਾ ਲਾਰਡ। ਇਸ ਵਚਨ ਦੇ ਦੁਆਰਾ ਪਰਮੇਸ਼ਵਰ ਤੁਹਾਨੂੰ ਬਹੁਤ ਅਸ਼ੀਸ਼ਿਤ ਕਰੇ। ਆਮੀਨ। ਹਿੰਦੀ ਚ ਪੜ੍ਹਦੇ ਹਾਂ, ਜਬ ਪਿੰਤੇਕੁਸਤ ਕਾ ਦਿਨ ਆਇਆ ਤੋ ਵੇ ਸਭ ਇੱਕ ਜਗ੍ਹਾ ਪਰ ਇਕੱਠੇ ਥੇ। ਜਦੋਂ ਪਿੰਤੇਕੁਸਤ ਦਾ ਦਿਨ ਆਇਆ, ਇੱਕ ਤਿਉਹਾਰ ਹੁੰਦਾ ਪਿੰਤੇਕੁਸਤ, ਜਿਸ ਤਰ੍ਹਾਂ ਸਾਡਾ ਵਿਸਾਖੀ ਦਾ ਤਿਉਹਾਰ ਹੁੰਦਾ, ਫਸਲ ਦਾ ਤਿਉਹਾਰ ਨੂੰ ਕਿਹਾ ਗਿਆ, ਪਿੰਤੇਕੁਸਤ ਦੇ ਤਿਉਹਾਰ ਨੂੰ ਫਸਲ ਦਾ ਤਿਉਹਾਰ ਕਿਹਾ ਗਿਆ। ਇਸ ਦਿਨ ਫਸਲਾਂ ਦੀ ਜਿਹੜੀ ਪਹਿਲੀ ਫਸਲ ਹੁੰਦੀ ਸੀ ਉਹਦਾ ਦਸਵੰਤ ਲੈ ਕੇ ਲੋਕ ਪਰਮੇਸ਼ਵਰ ਦੇ ਘਰ ਵਿੱਚ ਭੇਂਟ ਲੈ ਕੇ ਜਾਂਦੇ ਸੀ, ਉਹਨੂੰ ਕਿਹਾ ਗਿਆ ਸੀ ਪਿੰਤੇਕੁਸਤ ਦਾ ਦਿਨ। ਜਿਸ ਤਰ੍ਹਾਂ ਸਾਡੇ ਦੇਸ਼ ਵਿੱਚ ਵਿਸਾਖੀ ਦਾ ਤਿਉਹਾਰ ਹੁੰਦਾ ਔਰ ਉਸ ਵਿਸਾਖੀ ਦੇ ਤਿਉਹਾਰ ਦੇ ਵਿੱਚ ਕਣਕ ਦੀ ਕਟਾਈ ਕਰਦੇ ਨੇ, ਉਸੇ ਤਰ੍ਹਾਂ ਪਿੰਤੇਕੁਸਤ ਦਾ ਤਿਉਹਾਰ ਉਸ ਸਮੇਂ ਵਿੱਚ ਮਨਾਇਆ ਜਾਂਦਾ ਸੀ ਔਰ ਜਿਹੜੇ ਦਸਵੰਤ ਹੁੰਦੇ ਸੀ ਫਸਲ ਦੇ ਉਹ ਪਰਮੇਸ਼ਵਰ ਦੇ ਘਰ ਵਿੱਚ ਭਵਨ ਵਿੱਚ ਲੈ ਕੇ ਜਾਂਦੇ ਸੀ ਲੋਕੀ। ਇੱਥੇ ਲਿਖਿਆ ਜਦੋਂ ਪਿੰਤੇਕੁਸਤ ਦਾ ਦਿਨ ਆਇਆ ਤੇ ਉਹ ਸਾਰੇ ਇੱਕ ਜਗ੍ਹਾ ਤੇ ਇਕੱਠੇ ਸੀ। ਅੱਜ ਸਾਡਾ ਪਿੰਤੇਕੁਸਤ ਦਾ ਦਿਨ ਕਿਹੜਾ ਇਹ ਵਾਲਾ ਦਿਨ, ਪਵਿੱਤਰ ਦਿਨ, ਇਹ ਸੰਡੇ ਵਾਲਾ ਦਿਨ, ਇਹ ਸਾਡਾ ਪਵਿੱਤਰ ਪਿੰਤੇਕੁਸਤ ਦਾ ਦਿਨ ਹੈਗਾ। ਹਾਲੇਲੂਯਾ, ਹਾਲੇਲੂਯਾ। ਬਹੁਤ ਸਾਰੀਆਂ ਸੰਸਥਾ ਨੂੰ ਤੁਸੀਂ ਦੇਖਿਆ ਹੋਇਆ ਕਿ ਆਪਣੀ ਚਰਚ ਦਾ ਨਾਂ ਪੈਂਟੇਕੋਸਟਲ ਰੱਖਦੇ ਨੇ। ਪੈਂਟੀਕੋਸਟਲ ਕਿਉਂ ਰੱਖਦੇ ਨੇ? ਕਿਉਂਕਿ ਉਹਦੇ ਵਿੱਚ ਪਵਿੱਤਰ ਆਤਮਾ ਦਾ ਰਿਲੇਸ਼ਨ ਹੈ ਉਹਦੇ ਨਾਲ। ਪੈਂਟੀਕੋਸਟਲ ਵਾਲੇ ਦਿਨ ਲੋਕਾਂ ਤੇ ਪਵਿੱਤਰ ਆਤਮਾ ਉਤਰਿਆ ਸੀ। ਯੀਸ਼ੂ ਮਸੀਹ ਦੇ ਜਾਣ ਤੋਂ 50 ਦਿਨਾਂ ਬਾਅਦ ਪਵਿੱਤਰ ਆਤਮਾ ਲੋਕਾਂ ਦੇ ਉੱਤੇ, ਜਦੋਂ ਤੱਕ ਯੀਸ਼ੂ ਮਸੀਹ ਇਸ ਧਰਤੀ ਤੇ ਰਿਹਾ ਕਿਸੇ ਦੇ ਪਵਿੱਤਰ ਆਤਮਾ ਨੇ ਉਤਰਿਆ, ਉਹਦੇ ਚੇਲਿਆਂ ਤੇ ਨਹੀਂ ਉਤਰਿਆ, ਲੋਕਾਂ ਤੇ ਨਹੀਂ ਉਤਰਿਆ, ਕਿਸੇ ਦੇ ਪਵਿੱਤਰ ਆਤਮਾ ਨਹੀਂ ਉਤਰਿਆ। ਪਰ ਯੀਸ਼ੂ ਮਸੀਹ ਨੇ ਜਦੋਂ ਇਸ ਧਰਤੀ ਨੂੰ ਛੱਡ ਕੇ ਚਲੇ ਗਏ ਤੇ 50 ਦਿਨ ਜਦੋਂ ਲੋਕ ਇੱਕ ਜਗ੍ਹਾ ਤੇ ਇਕੱਠੇ ਸੀ, ਆਰਾਧਨਾ ਕਰ ਰਹੇ ਸੀ, ਬੰਦਗੀ ਕਰਦੇ ਪਏ ਸੀ, ਪ੍ਰਾਰਥਨਾ ਕਰ ਰਹੇ ਸੀ ਇੱਕ ਜਗ੍ਹਾ ਤੇ ਇਕੱਠੇ ਹੋ ਕੇ, ਔਰ ਉਸ ਸਮੇਂ ਲੋਕਾਂ ਦੇ ਉੱਤੇ ਪਵਿੱਤਰ ਆਤਮਾ ਦਾ ਅਭਿਸ਼ੇਕ ਉਤਰਿਆ। ਹਾਲੇਲੂਯਾ, ਹਾਲੇਲੂਯਾ। ਪੁਰਾਣੇ ਨਿਯਮ ਦੇ ਵਿੱਚ ਜਾਈਏ ਤੇ ਕਿਸੇ ਇੱਕ ਪਰਸਨ ਦੇ ਉੱਤੇ ਪਵਿੱਤਰ ਆਤਮਾ ਉਤਰਦਾ ਸੀ, ਕਿਸ ਖਾਸ ਇਨਸਾਨ ਨੂੰ ਪਰਮੇਸ਼ਵਰ ਚੁਣ ਲੈਂਦਾ ਸੀ ਔਰ ਉਹਦੇ ਤੇ ਪਵਿੱਤਰ ਆਤਮਾ ਜਾ ਕੇ ਠਹਿਰ ਜਾਂਦਾ ਸੀ ਔਰ ਪਵਿੱਤਰ ਆਤਮਾ ਉਹਦੇ ਵਿੱਚੋਂ ਦੇ ਹੋ ਕੇ ਕੰਮ ਕਰਦਾ ਸੀ। ਤੁਸੀਂ ਮੂਸਾ ਲੈ ਲਓ, ਹਾਰੂਨ ਲੈ ਲਓ, ਇਸ਼ਾਇਆ ਲੈ ਲਓ, ਏਲੀਆ ਲੈ ਲਓ, ਹੋਰ ਜਿੰਨੇ ਵੀ ਨਬੀ ਹੈਗੇ ਨੇ, ਯਾਕੂਬ ਲੈ ਲਓ, ਯਹੂਨਾ ਲੈ ਲਓ, ਯੂਸਫ ਲੈ ਲਓ, ਜਿੰਨੇ ਵੀ ਪੁਰਾਣੇ ਸਮੇਂ ਦੇ ਨਬੀ ਸੀ ਜਾਂ ਰਸੂਲ ਸੀ ਜਾਂ ਪਰਮੇਸ਼ਵਰ ਦੇ ਦਾਸ ਲੋਕੀ ਸੀ, ਇੱਕ ਜਣੇ ਤੇ ਪਵਿੱਤਰ ਆਤਮਾ ਉਤਰਦਾ ਸੀ। ਲੇਕਿਨ ਉਸ ਤੋਂ ਬਾਅਦ ਜਿਸ ਤਰ੍ਹਾਂ ਅਸੀਂ ਅੱਗੇ ਅੱਗੇ ਚੱਲੀਏ, ਛੋਟੇ ਨਬੀਆਂ ਦੇ ਵਿੱਚ ਜਾ ਕੇ ਦੇਖੀਏ ਤੇ ਉੱਥੇ ਜਾ ਕੇ ਪਰਮੇਸ਼ਵਰ ਦੇ ਦਾਸਾਂ ਨੇ ਭਵਿੱਖਬਾਣੀ ਕੀਤੀ ਕਿ ਨਵੇਂ ਨਿਯਮ ਦੀ ਜਿਹੜੀ ਸੰਗਤ ਹੈ ਉਹ ਸਭ ਲੋਕਾਂ ਤੇ ਪਵਿੱਤਰ ਆਤਮਾ ਬਹਾਇਆ ਜਾਏਗਾ, ਛੋਟੇ ਤੋਂ ਲੈ ਕੇ ਵੱਡਿਆਂ ਤੱਕ ਸਭਨਾਂ ਤੇ ਪਵਿੱਤਰ ਆਤਮਾ ਦਾ ਦਾਨ ਦਿੱਤਾ ਜਾਏਗਾ ਸਭਨਾਂ ਨੂੰ। ਹਾਲੇਲੂਯਾ, 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 ਹਾਲੇਲੂਯਾ। ਇੱਥੇ ਜਦੋਂ ਅਸੀਂ ਦੇਖਦੇ ਹਾਂ ਨਵੇਂ ਨਿਯਮ ਚ ਪਰੇਡ ਨੂੰ ਕੇ ਕੰਮ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ, ਇੱਥੇ ਲਿਖਿਆ ਕਿ ਜਦੋਂ ਪਿੰਤੇਕੁਸਤੇ ਦਿਨ ਉਹ ਸਭ ਲੋਕ ਇੱਕ ਜਗ੍ਹਾ ਤੇ ਇਕੱਠੇ ਸੀ ਤੇ ਇੱਕ ਆਕਾਸ਼ ਇੱਕ ਬੜੀ ਆਂਧੀ ਕੀ ਸਨਸਨਾਹਟ ਦਾ ਸ਼ਬਦ ਹੋਇਆ। ਜਿਸ ਤਰ੍ਹਾਂ ਅੱਜ ਤੁਸੀਂ ਇੱਕ ਜਗ੍ਹਾ ਤੇ ਇਕੱਠੇ ਹੋ, ਸਾਡੇ ਲਈ ਪਿੰਤੇਕੁਸਤ ਦਾ ਦਿਨ ਅੱਜ ਹੈਗਾ, ਜਿਹੜਾ ਵੀ ਪਵਿੱਤਰ ਦਿਨ ਦੇ ਵਿੱਚ ਅਸੀਂ ਇਕੱਠੇ ਹੋਣੇ ਹਾਂ ਉਹ ਸਾਡੇ ਲਈ ਕੀ ਹੈ? ਪਿੰਤੇਕੁਸਤ ਦਾ ਤਿਉਹਾਰ ਹੈ। ਹਾਲੇਲੂਯਾ, 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 ਹਾਲੇਲੂਯਾ। ਔਰ ਇੱਕ ਜਗ੍ਹਾ ਤੇ ਲੋਕ ਇਕੱਠੇ ਸੀ ਤੇ ਉਹਨਾਂ ਨੂੰ ਆਕਾਸ਼ ਤੋਂ ਇੱਕ ਵੱਡੀ ਸਨਸਨਾਹਟ ਦੀ ਆਂਧੀ ਦਾ ਸ਼ਬਦ ਸੁਣਾਈ ਦਿੱਤਾ। ਇੱਕ ਵੱਡੀ ਜਿੱਦਾਂ ਆਂਧੀ ਜਾਂ ਤੂਫਾਨ ਆਉਣ ਦੀ ਇੱਕ ਗੂੰਜ ਹੁੰਦੀ ਹੈ, ਬੜੀ ਆਵਾਜ਼ ਹੁੰਦੀ ਹੈ, ਉਸ ਤਰ੍ਹਾਂ ਉਹਨਾਂ ਲੋਕਾਂ ਨੂੰ ਬਹੁਤ ਵੱਡੀ ਇੱਕ ਆਂਧੀ ਦੀ ਆਵਾਜ਼ ਦੀ ਤਰ੍ਹਾਂ ਉਹਨੂੰ ਸੁਣਾਈ ਦਿੱਤੀ। ਉਹ ਆਂਧੀ ਕੌਣ ਸੀ? ਪਵਿੱਤਰ ਆਤਮਾ। ਹਾਲੇਲੂਯਾ, ਹਾਲੇਲੂਯਾ। ਜਦੋਂ ਆਂਧੀ ਆਉਂਦੀ ਹੈ ਤੇ ਆਂਧੀ ਸਭ ਕੁਛ ਆਪਣੇ ਨਾਲ ਉਡਾ ਕੇ ਲੈ ਜਾਂਦੀ ਹੈ, ਜਦੋਂ ਆਂਧੀ ਆਏਗੀ ਤੇ ਸਭ ਕੁਛ ਬਹਾ ਕੇ ਨਾਲ ਲੈ ਜਾਏਗੀ। ਉਹ ਪਵਿੱਤਰ ਆਤਮਾ ਦੀ ਆਂਧੀ ਅੱਜ ਤੁਹਾਡੇ ਵਿੱਚ ਆਏਗੀ ਔਰ ਤੁਹਾਡੀ ਜ਼ਿੰਦਗੀਆਂ ਵਿੱਚੋਂ ਹਰ ਬਿਮਾਰੀ ਨੂੰ ਉਡਾ ਕੇ ਲੈ ਜਾਏਗੀ। ਉਹ ਆਂਧੀ ਦੀ ਸਨਸਨਾਹਟ ਜਿਹੜੀ ਉਸ ਵੇਲੇ ਲੋਕਾਂ ਦੇ ਉੱਤੇ ਉਤਰੀ ਸੀ, ਉਹ ਆਂਧੀ ਦੀ ਸਨਸਨਾਹਟ ਤੁਹਾਡੇ ਉੱਤੇ ਆਏਗੀ, ਤੁਸੀਂ ਉਸ ਆਵਾਜ਼ ਨੂੰ ਸੁਣੋਗੇ। ਆਂਧੀ ਆਏਗੀ, ਤੂਫਾਨ ਆਏਗਾ ਔਰ ਸਭ ਹਨੇਰੀ ਇਸ ਤਰ੍ਹਾਂ ਵਗੇਗੀ। ਪਵਿੱਤਰ ਆਤਮਾ ਦਾ ਅਭਿਸ਼ੇਕ ਕਿੱਦਾਂ ਹੋਏਗਾ? ਜਿੱਦਾਂ ਤੂਫਾਨ ਚੱਲਦਾ ਪਿਆ, ਜਿੱਦਾਂ ਆਂਧੀ ਚੱਲਦੀ ਪਈ ਹੈ, ਔਰ ਉਹ ਆਂਧੀ ਜਦੋਂ ਤੁਹਾਡੀ ਲਾਈਫ ਵਿੱਚ ਆਏਗੀ, ਤੁਹਾਡੇ ਜੀਵਨ ਵਿੱਚ ਆਏਗੀ, ਤੁਹਾਡੇ ਘਰ ਵਿੱਚ ਆਏਗੀ, ਤੁਹਾਡੀ ਜ਼ਿੰਦਗੀ ਵਿੱਚ ਆਏਗੀ, ਤੁਹਾਡੀ ਜ਼ਿੰਦਗੀ ਦੇ ਵਿੱਚੋਂ ਸਭ ਬਿਮਾਰੀਆਂ ਨੂੰ ਖਤਮ ਕਰਕੇ ਰੱਖ ਦੇਗੀ। ਹਾਲੇਲੂਯਾ, 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 ਹਾਲੇਲੂਯਾ। ਉਹ ਸਭ ਇੱਕ ਜਗ੍ਹਾ ਤੇ ਇਕੱਠੇ ਸੀ, ਉਹਨਾਂ ਨੂੰ ਇੱਕ ਆਂਧੀ ਦਾ ਸ਼ਬਦ ਦਿੱਤਾ ਤੇ ਉਹਨਾਂ ਨੇ ਆਪਣੇ ਉੱਤੇ ਅੱਗ ਦੀਆਂ ਜੀਭਾਂ ਨੂੰ ਉਤਰਦੇ ਹੋਏ ਦੇਖਦਿਆਂ ਤੇ ਫਟਦੇ ਹੋਏ ਦੇਖਿਆ।
ਹਲੇਲੂਯਾ ਹਲੇਲੂਯਾ ਸਭ ਪਵਿੱਤਰ ਆਤਮਾ ਦੇ ਨਾਲ ਭਰ ਗਏ ਤੇ ਜਿਸ ਤਰ੍ਹਾਂ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਸਭ ਅੰਨੇ ਭਾਸ਼ਾ ਵਿੱਚ ਗੱਲਾਂ ਕਰਨ ਲੱਗੇ ਹਲੇਲੂਯਾ 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 ਅੱਜ ਮੈਨੂੰ ਉਹ ਲੋਕ ਚਾਹੀਦੇ ਨੇ ਜਿਹੜੇ ਸੱਚਮੁੱਚ ਇਸ ਤਰ੍ਹਾਂ ਦੀ ਅੱਗ ਵਿੱਚ ਭਰਨਾ ਚਾਹੁੰਦੇ ਨੇ ਅੱਜ ਮੈਨੂੰ ਉਹ ਸੈਨਿਕ ਚਾਹੀਦੇ ਨੇ ਜਿਹੜੇ ਸ਼ੈਤਾਨ ਤੋਂ ਬਚਣ ਲਈ ਪ੍ਰਾਰਥਨਾ ਨਹੀਂ ਕਰਦੇ ਬਲਕਿ ਸ਼ੈਤਾਨ ਨੂੰ ਹਰਾਉਣ ਲਈ ਪ੍ਰਾਰਥਨਾ ਕਰਦੇ ਨੇ ਮੈਨੂੰ ਉਹ ਪ੍ਰਾਰਥਨਾ ਯੋਧਾ ਚਾਹੀਦੇ ਨੇ ਜਿਹੜੇ ਹਰ ਸਮੇਂ ਜਿੱਥੇ ਅਸੀਂ ਬੁਲਾਈਏ ਉਹ ਹਾਜ਼ਰ ਹੋ ਜਾਣ ਕਿ ਠੀਕ ਹੈ ਅਸੀਂ ਪਰਮੇਸ਼ਵਰ ਦੇ ਨਾਮ ਤੇ ਹਾਜ਼ਰ ਹੈ ਪਿੱਠ ਦਿਖਾ ਕੇ ਦੌੜਨ ਵਾਲੇ ਸੈਨਿਕ ਭਗੌੜੇ ਗਿਣੇ ਜਾਂਦੇ ਯੁੱਧ ਦੇ ਮੈਦਾਨ ਚ ਜਿਹੜੇ ਪਿੱਠ ਛੁਪਾ ਕੇ ਦੌੜ ਜਾਂਦੇ ਨੇ ਉਹ ਭਗੌੜੇ ਗਿਣੇ ਜਾਂਦੇ ਨੇ ਔਰ ਆਪਣੀ ਜੌਬ ਤੋਂ ਡਿਸਮਿਸ ਕੀਤਾ ਜਾਂਦਾ ਉਹਨਾਂ ਨੂੰ ਔਰ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਹਲੇਲੂਯਾ ਹਲੇਲੂਯਾ ਅੱਜ ਸਾਨੂੰ ਉਹ ਵਿਸ਼ਵਾਸੀ ਭੈਣ ਭਰਾ ਚਾਹੀਦੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਤੁਹਾਡੇ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਚੱਲਣ ਲਈ ਤਿਆਰ ਹੈ ਅਸੀਂ ਸ਼ੈਤਾਨ ਦੇ ਤੰਦੇ ਲਈ ਅਸੀਂ ਪ੍ਰਾਰਥਨਾ ਕਰਨੀ ਹੈ ਨਾ ਕਿ ਉਹਦੇ ਤੋਂ ਬਚਣ ਲਈ ਅਸੀਂ ਪ੍ਰਾਰਥਨਾ ਕਰਨੀ ਹੈ ਅਸੀਂ ਬਚਾਅ ਵਾਲੀ ਪ੍ਰਾਰਥਨਾ ਨਹੀਂ ਕਰਨੀ ਅਸੀਂ ਉਹਨੂੰ ਹਰਾਉਣ ਵਾਲੀ ਪ੍ਰਾਰਥਨਾ ਕਰਨੀ ਹੈ ਕਿੰਨੇ ਪ੍ਰਾਰਥਨਾ ਯੋਧਾ ਭੈਣ ਭਰਾ ਇਸ ਜਗ੍ਹਾ ਤੇ ਬੈਠੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਅੱਗ ਨਾਲ ਭਰੀ ਹੋਈ ਪ੍ਰਾਰਥਨਾ ਕਰਨ ਲਈ ਤਿਆਰ ਹੈਗੇ ਅੱਗ ਦੇ ਨਾਲ ਭਰੀ ਹੋਈ ਪ੍ਰਾਰਥਨਾ ਕਰਨ ਲਈ ਤਿਆਰ ਨੇ ਪ੍ਰਾਰਥਨਾ ਯੋਧਾ ਬਣਨ ਲਈ ਤਿਆਰ ਨੇ ਹਲੇਲੂਯਾ 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 ਤੁਸੀਂ ਆਪਣੇ ਨਾਮ ਲਿਖਾ ਕੇ ਜਾਣਾ ਇਸ ਤੋਂ ਬਾਅਦ ਹਲੇਲੂਯਾ 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 ਅੱਜ ਅਗਰ ਤੁਹਾਡੀ ਪ੍ਰਾਰਥਨਾ ਅੱਗ ਨਾਲ ਭਰੀ ਹੋਈ ਹੈ ਤੇ ਸ਼ੈਤਾਨ ਫਿਰ ਭੱਜਣ ਵਾਲਾ ਤੁਹਾਡੀ ਜ਼ਿੰਦਗੀ ਦੇ ਵਿੱਚ ਅੱਜ ਅਗਰ ਤੁਹਾਡੀ ਪ੍ਰਾਰਥਨਾ ਵਿੱਚ ਅੱਗ ਦਾ ਅਭਿਸ਼ੇਕ ਹੈਗਾ ਤੇ ਸ਼ੈਤਾਨ ਫਿਰ ਜਲਣ ਵਾਲਾ ਅੱਜ ਅਗਰ ਤੁਹਾਡੀ ਪ੍ਰਾਰਥਨਾ ਦੇ ਵਿੱਚ ਸਮਰਥ ਹੈਗੀ ਤੇ ਤੁਹਾਡੀ ਜ਼ਿੰਦਗੀ ਵਿੱਚੋਂ ਬਿਮਾਰੀਆਂ ਜਾਣ ਵਾਲੀਆਂ ਨੇ ਅੱਜ ਤੁਹਾਡੀ ਪ੍ਰਾਰਥਨਾ ਦੇ ਵਿੱਚ ਅਗਰ ਅੱਗ ਦਾ ਅਭਿਸ਼ੇਕ ਹੈਗਾ ਤੇ ਸਮਝ ਲਓ ਸ਼ੈਤਾਨ ਜਲਣ ਵਾਲਾ ਸ਼ੈਤਾਨ ਦੇ ਬੰਧਨ ਟੁੱਟਣ ਵਾਲੇ ਨੇ ਸ਼ੈਤਾਨ ਟੁੱਟਣ ਵਾਲਾ ਸ਼ੈਤਾਨ ਦੀਆਂ ਜੀਆਂ ਹਿੱਲਣ ਵਾਲੀਆਂ ਨੇ ਅੱਜ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਲੇਲੂਯਾ 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 ਉਹ ਅਭਿਸ਼ੇਕ ਚਾਹੀਦਾ ਜਿਹਦੇ ਨਾਲ ਅੱਗ ਭਰੀ ਹੋਵੇ ਤੁਹਾਡੇ ਅਭਿਸ਼ੇਕ ਦੇ ਵਿੱਚ ਤੁਹਾਡੀ ਆਤਮਾ ਦੇ ਵਿੱਚ ਅੱਗ ਭਰੀ ਹੋਏ ਤੁਹਾਡੀ ਪ੍ਰਾਰਥਨਾ ਦੇ ਵਿੱਚ ਅੱਗ ਭਰੀ ਹੋਵੇ ਤੁਹਾਡੀ ਜੀਭ ਦੇ ਵਿੱਚ ਅੱਗ ਭਰੀ ਹੋਏ ਜਿਸ ਤਰ੍ਹਾਂ ਲੋਕਾਂ ਦੇ ਉੱਤੇ ਉਸ ਸਮੇਂ ਅੱਗ ਦੀਆਂ ਜੀਭਾਂ ਉੱਤਰੀਆਂ ਸੀ ਤੇ ਲੋਕੀ ਸਭ ਅੱਗ ਨਾਲ ਭਰ ਗਏ ਸੀ ਆਤਮਾ ਨਾਲ ਭਰ ਗਏ ਸੀ ਵੱਖਰੀ ਵੱਖਰੀ ਭਾਸ਼ਾ ਬੋਲਣ ਲੱਗੇ ਮੈਨੂੰ ਅੱਜ ਉਹ ਅੱਗ ਦੀਆਂ ਜੀਭਾਂ ਤੁਹਾਡੇ ਤੇ ਨਜ਼ਰ ਆਈਆਂ ਤੇ ਅੱਜ ਆਣੀਆਂ ਚਾਹੀਦੀਆਂ ਡੈਫੀਨੇਟਲੀ ਪ੍ਰੈਜੈਂਸ ਹੋਣੀ ਚਾਹੀਦੀ ਤੁਹਾਡੇ ਉੱਤੇ ਹਾਲੇਲੂਯਾ 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 ਸੱਚਮੁੱਚ ਤੁਸੀਂ ਉਹ ਯੋਧਾ ਬਣਨਾ ਜਿਹੜੇ ਸੱਚਮੁੱਚ ਯੁੱਧ ਦੇ ਮੈਦਾਨ ਵਿੱਚ ਜਿੱਤਦੇ ਨੇ ਔਰ ਲੜਦੇ ਨੇ ਫਾਈਟ ਕਰਦੇ ਨੇ ਔਰ ਜਿੱਤਦੇ ਨੇ ਔਰ ਜਿੱਤਣ ਤੋਂ ਬਾਅਦ ਸਵਰਗੀ ਮੁਕਟ ਨੂੰ ਹਾਸਲ ਕਰਦੇ ਨੇ ਹਾਲੇਲੂਯਾ 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 ਜਿੱਤਣ ਦੇ ਲਈ ਮਨੋਬਲ ਹੋਣਾ ਜ਼ਰੂਰੀ ਹੈ ਜਿੱਤਣ ਦੇ ਲਈ ਸਮਰਪਣ ਹੋਣਾ ਜ਼ਰੂਰੀ ਹੈ ਜਦੋਂ ਤੱਕ ਤੁਸੀਂ ਆਪਣਾ ਸਮਰਪਣ ਨਹੀਂ ਕਰੋਗੇ ਆਪਣੇ ਮਨ ਦਾ ਸਮਰਪਣ ਨਹੀਂ ਕਰੋਗੇ ਆਪਣੀ ਜ਼ਿੰਦਗੀ ਦਾ ਸਮਰਪਣ ਨਹੀਂ ਕਰੋਗੇ ਆਪਣੇ ਜੀਵਨ ਦਾ ਸਮਰਪਣ ਨਹੀਂ ਕਰੋਗੇ ਆਪਣੀ ਲਾਈਫ ਦਾ ਸਮਰਪਣ ਨਹੀਂ ਕਰੋਗੇ ਆਪਣੇ ਸਮੇਂ ਦਾ ਸਮਰਪਣ ਨਹੀਂ ਕਰੋਗੇ ਜਿੱਤ ਨਹੀਂ ਪਾਓਗੇ ਸ਼ੈਤਾਨ ਤੋਂ ਸ਼ੈਤਾਨ ਕੋਲ ਬੜੀਆਂ ਯੋਜਨਾ ਨੇ ਬੜੇ ਤਰੀਕੇ ਨੇ ਬਿਮਾਰੀਆਂ ਕੋਲ ਬੜੇ ਬੜੇ ਤਰੀਕੇ ਨੇ ਕਿ ਉਹ ਤੁਹਾਨੂੰ ਕਿੱਦਾਂ ਗਿਰਾਉਣ ਲੇਕਿਨ ਯਾਦ ਰੱਖੋ ਸ਼ੈਤਾਨ ਤੇ ਸ਼ੈਤਾਨ ਦੀਆਂ ਤਾਕਤਾਂ ਨੂੰ ਅਗਰ ਗਿਰਾਇਆ ਤੇ ਯਿਸੂ ਮਸੀਹ ਨੇ ਗਿਰਾਇਆ ਹਰਾਇਆ ਤੇ ਯਿਸੂ ਮਸੀਹ ਨੇ ਹਰਾਇਆ ਹਰਾਇਆ ਤੇ ਸ਼ੈਤਾਨ ਦੇ ਲੋਕਾਂ ਨੂੰ ਔਰ ਸ਼ੈਤਾਨ ਦੀਆਂ ਤਾਕਤਾਂ ਨੂੰ ਹਰਾਉਣ ਵਾਲਾ ਕੌਣ ਹੈ ਕੋਈ ਇੱਕ ਯਿਸੂ ਮਸੀਹ ਦੇ ਬੰਦੇ ਹਲੇਲੂਯਾ 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 ਯਿਸੂ ਮਸੀਹ ਦੇ ਦਾਸਾਂ ਨੇ ਸ਼ੈਤਾਨ ਨੂੰ ਕੁਚਲਿਆ ਔਰ ਪੈਰਾਂ ਦੇ ਹੇਠ ਲਤਾੜਿਆ ਹਲੇਲੂਯਾ ਹਲੇਲੂਯਾ ਔਰ ਅੱਜ ਉਹ ਕੁਚਲਣ ਦਾ ਅਧਿਕਾਰ ਤੁਹਾਡੇ ਨੂੰ ਦਿੱਤਾ ਪਰਮੇਸ਼ਰ ਨੇ ਉਹ ਕੁਚਲਣ ਦਾ ਅਧਿਕਾਰ ਉਹ ਅੱਗ ਦਾ ਅਧਿਕਾਰ ਉਹ ਸਮਰਥ ਵਾਲੀ ਆਤਮਾ ਦਾ ਅਧਿਕਾਰ ਤੁਹਾਨੂੰ ਦਿੱਤਾ ਪਰਮੇਸ਼ਵਰ ਨੇ ਹਾਲੇਲੂਯਾ ਪ੍ਰੇਜ਼ ਦਾ ਲਾਰਡ ਹਾਲੇਲੂਯਾ 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 ਕੁਚਲਣ ਦਾ ਸਮੇਂ ਨਹੀਂ ਹੈ ਟਾਈਮ ਵੇਸਟ ਕਰਨ ਦਾ ਸਮੇਂ ਨਹੀਂ ਹੈ ਅੱਗੇ ਵਧਣ ਦਾ ਸਮੇਂ ਹਾਲੇਲੂਯਾ ਹਾਲੇਲੂਯਾ ਸਮੇਂ ਅੰਤਿਮ ਦੌਰ ਤੇ ਚੱਲਦਾ ਪਿਆ ਅਸੀਂ ਕਿਨਾਰੇ ਤੇ ਖੜੇ ਹਾਂ ਇਹ ਸ੍ਰਿਸ਼ਟੀ ਦਾ ਅੰਤ ਹੋਣ ਵਾਲਾ ਹਾਲੇਲੂਯਾ ਹਾਲੇਲੂਯਾ ਅਸੀਂ ਅੰਤਿਮ ਦੌਰ ਤੇ ਚੱਲਦੇ ਪਏ ਅਸੀਂ ਅੰਤਿਮ ਦੌਰ ਦੀ ਕਲੀਸਿਆ ਗਿਆ ਹਾਲੇਲੂਯਾ ਹਾਲੇਲੂਯਾ ਮੈਂ 20 ਸਾਲ ਦਾ ਸੀ ਉਦੋਂ ਮੈਂ ਸੁਣਨ ਲੱਗਾ ਕਿ ਯਿਸੂ ਮਸੀਹ ਆਉਣ ਵਾਲਾ ਹਾਲੇਲੂਯਾ ਹਾਲੇਲੂਯਾ ਮੈਂ 52 ਸਾਲ ਦਾ ਹੋ ਗਿਆ 32 ਸਾਲ ਹੋ ਗਏ ਮੈਨੂੰ ਇਹ ਗੱਲ ਸੁਣਦੇ ਔਰ ਸੱਚਮੁੱਚ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਸਭ ਭਵਿੱਖਬਾਣੀਆਂ ਪੂਰੀਆਂ ਹੋ ਗਈਆਂ ਭਵਿੱਖਬਾਣੀਆਂ ਪੂਰੀਆਂ ਹੋ ਗਈਆਂ ਜੀ ਅੰਤਿਮ ਦੌਰ ਤੇ ਚੱਲਦੇ ਪਏ ਕਿ ਅੱਜ ਵੀ ਤੁਸੀਂ ਇੰਜੋਇਮੈਂਟ ਹੀ ਕਰ ਰਹੇ ਹੋ ਕਿ ਆਪਣੀ ਆਸ਼ੀਸ਼ ਨੂੰ ਰੁਕਾਵਟ ਦਾ ਕਾਰਨ ਕਿਤੇ ਤੁਸੀਂ ਖੁਦ ਹੀ ਤੇ ਨਹੀਂ ਹੈਗੇ ਤੁਹਾਡੀ ਆਸ਼ੀਸ਼ ਤੁਹਾਡੇ ਤੱਕ ਨਹੀਂ ਪਹੁੰਚ ਰਹੀ ਕਿ ਉਹਦਾ ਕਾਰਨ ਕਿਤੇ ਖੁਦ ਤੁਸੀਂ ਤੇ ਨਹੀਂ ਹੈਗੇ ਸੋਚਣਾ ਆਪਣੇ ਮਨ ਦੇ ਵਿੱਚ ਕੀ ਮੇਰੀ ਪਤਨੀ ਦੁਆ ਕਰਦੀ ਹੈ ਕਿ ਮੈਂ 2-2 ਵਜੇ ਤੱਕ ਉਹਨੂੰ ਡਿਸਟਰਬ ਕਰਦਾ ਔਰ ਮੈਂ ਮੋਬਾਈਲ ਨਾਲ ਖੇਡਦਾ ਮੈਂ ਕੀ 2-2 ਵਜੇ ਤੱਕ ਟੀਵੀ ਬੰਦ ਨਹੀਂ ਕਰਦਾ ਆਪਣੀ ਆਸ਼ੀਸ਼ ਤੇ ਬਰਕਤ ਨੂੰ ਰੋਕਣ ਦਾ ਕਾਰਨ ਕਿਤੇ ਮੈਂ ਤੇ ਨਹੀਂ ਹੈਗਾ ਖੁਦ ਅਗਰ ਤੁਸੀਂ ਖੁਦ ਆਪਣੀ ਆਸ਼ੀਸ਼ ਨੂੰ ਰੋਕਿਆ ਹੋਇਆ ਤੇ ਅੱਜ ਤੋਂ ਆਪਣੀ ਲਾਈਫ ਨੂੰ ਚੇਂਜ ਕਰੋ ਬਦਲੋ ਆਪਣੇ ਆਪ ਨੂੰ ਅਗਰ ਤੁਹਾਡੀ ਪਤਨੀ ਦੁਆ ਕਰ ਰਹੀ ਹੈ ਤਾਂ ਤੁਸੀਂ ਰੁਕਾਵਟ ਨਾ ਬਣੋ ਅਗਰ ਤੁਹਾਡਾ ਪਤੀ ਪ੍ਰਾਰਥਨਾ ਕਰ ਰਿਹਾ ਉਹਦੀ ਜ਼ਿੰਦਗੀ 'ਚ ਰੁਕਾਵਟ ਨਾ ਬਣੋ ਅਗਰ ਇੱਕ ਜਣਾ ਪ੍ਰਾਰਥਨਾ ਕਰਦਾ ਪਿਆ ਤਾਂ ਕਰਨ ਦੋ ਉਹਨੂੰ
ਉਹਦੇ ਲਾਗੇ ਉਹਨੂੰ ਡਿਸਟਰਬ ਨਾ ਕਰੋ। ਪਤਨੀ ਪ੍ਰਾਰਥਨਾ ਕਰਨ ਵਾਲੀ ਤੇ ਪਤੀ ਸ਼ਾਮ ਨੂੰ ਸ਼ਰਾਬ ਪੀ ਕੇ ਆ ਰਿਹਾ। ਆਪਣੇ ਅਸ਼ੇਸ਼ ਨੂੰ ਰੋਕਣ ਦੇ ਪਿੱਛੇ, ਢੱਕਣ ਦੇ ਪਿੱਛੇ ਕਦੇ ਨਾ ਕਿਤੇ ਸਾਡਾ ਆਪਣਾ ਹੱਥ ਹੈ। ਆਪਣੀ ਬਰਕਤ ਨੂੰ ਅਗਰ ਅਸੀਂ ਰੋਕਿਆ ਉਹਦੇ ਪਿੱਛੇ ਸਿਰਫ ਅਸੀਂ ਹੈ। ਪਰਮੇਸ਼ਰ ਨੇ ਸਭ ਕੁਛ ਤੁਹਾਡੇ ਹੱਥ ਵਿੱਚ ਦਿੱਤਾ, ਪਰਮੇਸ਼ਰ ਨੇ ਸਭ ਕੁਛ ਸਾਨੂੰ ਦਿੱਤਾ। ਉਹਨੇ ਕਿਹਾ ਮੰਗੋਗੇ ਤਾਂ ਤੁਹਾਨੂੰ ਦਿੱਤਾ ਜਾਏਗਾ। ਅਸੀਂ ਮੰਗਦੇ ਨਹੀਂ, ਅਸੀਂ 2 ਵਜੇ ਤੱਕ ਅਸੀਂ ਮੋਬਾਈਲ ਨਾਲ ਖੇਡ ਸਕਦੇ ਹਾਂ, 2 ਵਜੇ ਤੱਕ ਅਸੀਂ ਗੇਮਸ ਖੇਡ ਸਕਦੇ ਹਾਂ, ਲੇਕਿਨ ਪਰਮੇਸ਼ਰ ਦੇ ਲਈ 2 ਮਿੰਟ ਨਹੀਂ ਕੱਢ ਸਕਦੇ। ਆਪਣੇ ਆਸ਼ੀਸ਼ ਨੂੰ ਕਿਹਨੇ ਰੋਕਿਆ? ਉਹਦਾ ਕਾਰਨ ਕੌਣ ਹੈ ਰੋਕਣ ਦਾ? ਖੁਦ ਅਸੀਂ। ਫਿਰ ਕਹਿੰਦੇ ਅਸੀਂ ਸੰਗਤੀ ਵਿੱਚ ਆਉਂਦੇ ਹਾਂ, ਬੜੇ ਟਾਈਮ ਤੋਂ ਆਉਂਦੇ ਹਾਂ, ਬੜੇ ਸਮੇਂ ਤੋਂ ਆਉਂਦੇ ਹਾਂ, ਮੇਰਾ ਹਲੇ ਤੱਕ ਚੰਗਾਈ ਨਹੀਂ ਪਾਈ, ਮੇਰਾ ਰੋਗ ਨਹੀਂ ਗਿਆ, ਮੇਰੇ ਘਰ ਵਿੱਚ ਸ਼ਾਂਤੀ ਨਹੀਂ ਹੈ, ਮੇਰਾ ਮਨ ਬੇਚੈਨ ਰਹਿੰਦਾ, ਮੇਰਾ ਸਰੀਰ ਪਰੇਸ਼ਾਨ ਰਹਿੰਦਾ, ਸਭ ਚੀਜ਼ ਦਾ ਇਸ ਪਰੇਸ਼ਾਨੀ ਦਾ ਸਬਬ ਕੌਣ ਹੈ? ਇਸ ਪਰੇਸ਼ਾਨੀ ਦਾ ਕਾਰਨ ਕੌਣ ਹੈ? ਅਸੀਂ ਹਾਂ। ਬੋਲੋ, ਖੁਦ ਅਸੀਂ ਹਾਂ। ਅਸੀਂ ਉਹ ਨਹੀਂ ਕਰ ਪਾਉਂਦੇ ਜੋ ਪਰਮੇਸ਼ਰ ਨੇ ਕਿਹਾ ਸਾਨੂੰ, ਅਸੀਂ ਉਹ ਕਰ ਨਹੀਂ ਪਾਉਂਦੇ ਜੋ ਪਰਮੇਸ਼ਰ ਨੇ ਸਾਨੂੰ ਕਿਹਾ। ਕਹਿੰਦਾ ਮੰਗੋਗੇ ਤੇ ਤੁਹਾਨੂੰ ਦਿੱਤਾ ਜਾਏਗਾ, ਖਟਖਟਾਓ ਤੇ ਤੁਹਾਡੇ ਲਈ ਬੋਲਿਆ ਜਾਏਗਾ। ਕਦੀ ਖਟਖਟਾਓ ਪਰਮੇਸ਼ਰ ਦਾ ਦਰਵਾਜ਼ਾ? ਕਦੀ ਤੇ ਉਹ ਭੈਣ ਦੱਸ ਰਹੀ ਕਿ ਮੈਂ ਪੂਰੀ ਰਾਤ ਪ੍ਰਾਰਥਨਾ ਕਰਦੀ ਰਹੀ, ਗਹਿਲੇ ਤੋਂ ਭੈਣ ਆਏ ਨੇ, ਸਾਰੀ ਰਾਤ ਪ੍ਰਾਰਥਨਾ ਕਰਦੀ ਰਹੀ, ਪ੍ਰਭੂ ਨੇ ਇਹਨੂੰ ਸੌਣ ਨਹੀਂ ਦਿੱਤਾ, ਉਹ ਰਾਤ ਮੈਨੂੰ ਵੀ ਨਹੀਂ ਸੌਣ ਦਿੱਤਾ। 3:30 ਵਜੇ ਮੈਂ ਉੱਠਿਆ, ਦੇਖਿਆ ਪੈਂਟ ਨਾਲ 3:30। ਪਰਮੇਸ਼ਰ ਸੌਣ ਨਹੀਂ ਦੇਗਾ ਜਿਹਦਾ ਪ੍ਰੇਮ ਪਰਮੇਸ਼ਵਰ ਦੇ ਨਾਲ, ਜਿਹਦਾ ਪਰਮੇਸ਼ਵਰ ਦੇ ਨਾਲ ਪਿਆਰ ਆ, ਜਿਹੜਾ ਆਪਣੇ ਜੀਵਨ ਨੂੰ ਸਮਰਪਿਤ ਕਰਦੇ ਆ ਪਰਮੇਸ਼ਵਰ ਦੇ ਨਾਲ, ਉਹਨੂੰ ਪਰਮੇਸ਼ਵਰ ਸੌਣ ਨਹੀਂ ਦਿੰਦਾ। ਉਹ ਜਦੋਂ ਜ਼ਰੂਰਤ ਪੈਂਦੀ ਤੁਹਾਨੂੰ ਉਠਾ ਲੈਂਦਾ। ਉੱਠੋ, ਪ੍ਰਾਰਥਨਾ ਕਰੋ, ਜ਼ਰੂਰਤ ਹੈ ਤੁਹਾਡੇ ਘਰ ਵਿੱਚ ਪ੍ਰਾਰਥਨਾ ਕਰਨ ਦੀ। ਹਾਲੇਲੂਯਾ, 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 ਹਾਲੇਲੂਯਾ। ਤੇ ਜਿਹੜੇ ਘੋੜੇ ਵੇਚ ਕੇ ਸੋ ਜਾਂਦੇ ਨੇ, ਹਾਲੇਲੂਯਾ, ਹਾਲੇਲੂਯਾ। ਮੈਂ ਕਹਿੰਦਾ ਕੁਛ ਸਮੇਂ ਦੇ ਆਪਣੇ ਲਈ ਨਿਕਾਲੋ, ਕਿਸੇ ਦੇ ਲਈ ਨਹੀਂ, ਆਪਣੇ ਲਈ ਨਿਕਾਲੋ। ਅਗਰ ਤੁਹਾਨੂੰ ਬਰਕਤਾਂ ਚਾਹੀਦੀਆਂ, ਤੁਹਾਨੂੰ ਆਸ਼ੀਸ਼ਾਂ ਚਾਹੀਦੀਆਂ, ਤੁਹਾਨੂੰ ਅਭਿਸ਼ੇਕ ਚਾਹੀਦਾ, ਤੁਹਾਨੂੰ ਪਵਿੱਤਰ ਆਤਮਾ ਚਾਹੀਦਾ, ਤੁਹਾਨੂੰ ਦੁਨੀਆਂ ਦੀ ਹਰ ਚੀਜ਼ ਚਾਹੀਦੀ ਹੈ, ਕੁਛ ਨਾ ਕੁਛ ਤੇ ਸਮੇਂ ਨਿਕਾਲੋ ਆਪਣੇ ਲਈ। ਹਾਲੇਲੂਯਾ, ਹਾਲੇਲੂਯਾ। ਮੈਂ ਕਹਿੰਦਾ ਪ੍ਰਭੂ ਕਰਨਾ ਆਪਾਂ ਕੁਛ ਨਹੀਂ, ਪਰ ਚਾਹੀਦਾ ਸਭ ਕੁਛ ਹੈਗਾ। ਕਰਨਾ ਅਸੀਂ ਕੁਛ ਨਹੀਂ, ਚਾਹੀਦਾ ਜਿੰਨੀ ਵੱਡੀ ਆਸ਼ੀਸ਼ ਚਾਹੀਦੀ ਹੈ ਉਹਨਾਂ ਵੱਡਾ ਸਮਰਪਣ ਚਾਹੀਦਾ। ਬਾਜ਼ਾਰ ਜਾਓ, ਜਿੰਨੀ ਵੱਡੀ ਤੁਹਾਨੂੰ ਚੀਜ਼ ਚਾਹੀਦੀ ਹੈ ਉਹਨਾਂ ਜ਼ਿਆਦਾ ਪੇ ਕਰਨਾ ਪਏਗਾ, ਉਹਨੇ ਪੈਸੇ ਦੇਣਾ ਚਾਹੀਦਾ। ਚੀਜ਼ ਕਿੰਨੀ ਵੱਡੀ ਚਾਹੀਦੀ ਹੈ? ਬਹੁਤ ਵੱਡੀ। ਬਰਕਤ ਕਿੰਨੀ ਵੱਡੀ ਚਾਹੀਦੀ? ਬਹੁਤ ਵੱਡੀ। ਮੇਰੇ ਘਰ 3 ਬੇਟੀਆਂ ਨੇ, ਬੇਟਾ ਨਹੀਂ ਹੋ ਰਿਹਾ ਜੀ। ਬਰਕਤ ਐਡੀ ਵੱਡੀ ਚਾਹੀਦੀ ਆ। ਸਮਰਪਣ ਕਿੰਨਾ? ਕਦੀ ਆਤਮਾ ਚ ਭਰਿਓ, ਕਦੀ ਅੱਗ ਨਾਲ ਭਰੀ ਪ੍ਰਾਰਥਨਾ ਕੀਤੀ, ਕਦੀ ਉਪਵਾਸ ਰੱਖਿਆ, ਕਦੀ ਉਹਦੇ ਅੱਗੇ ਗੁੱਡੇ ਨਿਵਾਏ। ਕਹਿੰਦੇ ਪਤਾ ਹੀ ਨਹੀਂ ਕਰਨਾ ਕੀ ਆ। ਤੁਹਾਡੇ ਜੀਵਨ ਵਿੱਚ ਬਿਮਾਰੀ ਨਹੀਂ ਜਾ ਰਹੀ, ਬਹੁਤ ਵੱਡੀ ਬਿਮਾਰੀ ਹੈ, ਬੜੇ ਸਮੇਂ ਤੋਂ ਤੁਸੀਂ ਬਿਮਾਰ ਹੋ। ਅੱਗ ਨਾਲ ਭਰੀ ਪ੍ਰਾਰਥਨਾ ਕਰੋ, ਅੰਨੇ ਭਾਸ਼ਾ ਵਿੱਚ ਪ੍ਰਾਰਥਨਾ ਕਰੋ, ਸਮਰਥ ਨਾਲ ਭਰੀ ਪ੍ਰਾਰਥਨਾ ਕਰੋ, ਅੰਨੇ ਭਾਸ਼ਾ ਚ ਕਰੋ ਪ੍ਰਾਰਥਨਾ, ਦੇਖੋ ਬਿਮਾਰੀ ਕਿੱਦਾਂ ਜਾਂਦੀ ਹੈ ਤੁਹਾਡੀ ਜ਼ਿੰਦਗੀ ਨੂੰ ਛੱਡ ਕੇ। ਸਹੀ ਥੈਲੀ ਵਿੱਚ ਜਦੋਂ ਤੁਸੀਂ ਬਰਕਤ ਪਾਓਗੇ, ਜਦੋਂ ਤੁਹਾਡੇ ਘਰ ਵਿੱਚ ਕੋਈ ਆਈ ਹੈ, ਤੁਹਾਡੀ ਸੈਲਰੀ ਆਈ, ਉੱਤੇ ਹੱਥ ਫੜੋ, ਹੱਥ ਚ ਫੜ ਕੇ ਪ੍ਰਾਰਥਨਾ ਕਰੋ, ਚਾਹੇ ਉਹ 10 ਰੁਪਏ ਆਏ ਨੇ, ਚਾਹੇ 100 ਆਏ, ਚਾਹੇ 1000 ਆਏ, ਅੱਜ ਫੜੋ, ਪ੍ਰਾਰਥਨਾ ਕਰੋ, ਕਹੋ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਨਾ ਕਿ ਇਹ ਚੀਜ਼ ਤੁਸੀਂ ਮੈਨੂੰ ਦਿੱਤੀ ਹੈ, ਕਿਉਂਕਿ ਸੰਸਾਰ ਚ ਚੱਲਣ ਦੇ ਲਈ ਇਸ ਚੀਜ਼ ਦੀ ਜ਼ਰੂਰਤ ਹੈ ਸਾਨੂੰ। ਹਾਲੇਲੂਯਾ, ਹਾਲੇਲੂਯਾ। 100 ਰੁਪਏ ਲੈ ਕੇ ਆਓ ਤੇ 10 ਰੁਪਏ ਕੱਢ ਕੇ ਪਰਮੇਸ਼ਵਰ ਦੇ ਨਾਮ ਵੱਖਰੇ ਕਰ ਦੋ, 10ਵਾਂ ਹਿੱਸਾ ਪ੍ਰਭੂ ਦਾ ਹੈਗਾ। 1000 ਲੈ ਕੇ ਆਓ ਤੇ 100 ਰੁਪਏ ਵੱਖਰਾ ਕਰ ਦੋ, 100 ਲੈ ਕੇ ਆਓ ਤੇ 10 ਵੱਖਰੇ ਕਰ ਦੋ। ਉਹ 10 ਕਿਹਦੇ ਨੇ? ਪਰਮੇਸ਼ਵਰ ਦੇ। ਪਰ ਅਸੀਂ ਕਹਿੰਦੇ ਹਾਂ ਪ੍ਰਭੂ ਜੀ ਇਹ 10 ਅਗਰ ਮੈਂ ਤੈਨੂੰ ਦੇ ਦਿੱਤੇ ਨਾ ਤੇ ਮੇਰੀ ਇਹ ਜ਼ਰੂਰਤ ਨਹੀਂ ਪੂਰੀ ਹੋਣੀ। ਸਾਡੀਆਂ ਸਾਰੀਆਂ ਜ਼ਰੂਰਤਾਂ ਸਾਨੂੰ ਦਸਵੰਤ ਵਿੱਚ ਨਜ਼ਰ ਆਉਂਦੀਆਂ ਨਾ, ਜੋ ਪਰਮੇਸ਼ਵਰ ਦਾ ਹਿੱਸਾ ਸੀ ਉਹ ਵੀ ਖਾ ਲੈਂਦੇ। ਅੱਜ ਤੱਕ ਅਸੀਂ ਪਰਮੇਸ਼ਵਰ ਦਾ ਹਿੱਸਾ ਖਾਧਾ ਤੇ ਸਾਡਾ ਕੀ ਬਣਿਆ? ਕੀ ਅਸੀਂ ਬਲੈਸਡ ਹੋਏ ਪਰਮੇਸ਼ਵਰ ਦਾ ਹਿੱਸਾ ਖਾ ਕੇ? ਜਿਹਨਾਂ ਲੋਕਾਂ ਨੇ ਪਰਮੇਸ਼ਵਰ ਨੂੰ ਦਿੱਤਾ ਉਹ ਲੋਕ ਬਲੈਸਡ ਹੋਏ ਨੇ। ਹਾਲੇਲੂਯਾ, ਹਾਲੇਲੂਯਾ। ਤੁਸੀਂ ਰੋਜ਼ ਦੇਖੋਗੇ, ਹਰ ਮਹੀਨੇ ਤੁਸੀਂ ਟੂਥਪੇਸਟ ਲੈ ਕੇ ਆਉਂਦੇ ਹੋ, ਕੋਲਗੇਟ ਟੂਥਪੇਸਟ। ਉਹ ਕੋਲਗੇਟ ਡੈਟੋਲ ਬਣਾਉਣ ਵਾਲਾ ਕੌਣ ਹੈ? ਅਮਰੀਕਾ ਦਾ ਬੰਦਾ, ਔਰ ਆਪਣਾ 10ਵਾਂ ਹਿੱਸਾ ਪ੍ਰਭੂ ਯਿਸੂ ਮਸੀਹ ਨੂੰ ਦਿੰਦਾ। ਅੱਜ ਪੂਰੇ ਵਰਲਡ ਦੇ ਵਿੱਚ ਉਹਦੇ ਪ੍ਰੋਡਕਟ ਵਿਕਦੇ ਪਏ ਨੇ। ਹਾਲੇਲੂਯਾ, ਹਾਲੇਲੂਯਾ। ਡੈਟੋਲ ਦੇਖੋ ਤੁਸੀਂ, ਉਹਦੇ ਤੇ ਕ੍ਰੋਸ ਦਾ ਨਿਸ਼ਾਨ ਬਣਿਆ, ਦੇਖਿਆ ਹੋਏਗਾ ਸ਼ਾਇਦ, ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਹੋਏਗਾ। ਅੱਜ ਪੂਰੇ ਵਰਲਡ ਦੇ ਵਿੱਚ ਉਹ ਚੀਜ਼ਾਂ ਵਿਕਦੀਆਂ ਉਹਦੀਆਂ। ਜਿਹਨੂੰ ਮਰਜ਼ੀ ਬੱਚੇ ਨੂੰ ਪੁੱਛੋ, ਚਾਹੇ ਉਹ ਕੋਈ ਵੀ ਟੂਥਪੇਸਟ ਹੋਏ, ਕਿਹਾ ਕੀ ਲੈਣ ਚੱਲਿਆ? ਮੈਂ ਕਹਿੰਦਾ ਕੋਲਗੇਟ ਲੈਣ ਚੱਲਿਆ। ਨਾਮ ਸ਼ਾਇਦ ਕੰਪਨੀ ਕੋਈ ਹੋਰ ਹੋਏਗੀ, ਪਰ ਉਹ ਕੀ ਕਹੇਗਾ? ਮੈਂ ਕੋਲਗੇਟ ਲੈਣ ਚੱਲਿਆ।
ਕਹਿਣ ਦਾ ਮਤਲਬ ਕਿ ਬੱਚੇ ਬੱਚੇ ਦੀ ਸਾਡੀ ਜ਼ੁਬਾਨ ਦੇ ਉੱਤੇ ਉਹ ਕੋਲਗੇਟ ਸ਼ਬਦ ਜਿਹੜਾ ਹੈ ਉਹ ਪਰਮੇਸ਼ਵਰ ਨੂੰ ਸਮਰਪਣ ਕੀਤਾ ਉਸ ਬੰਦੇ ਨੇ, ਪਰਮੇਸ਼ਵਰ ਦੀ ਹਜ਼ੂਰੀ ਵਿੱਚ ਉਤਪੜਾ ਦਸਵੰਧ ਦਿੰਦਾ। ਹਾਲੇਲੂਯਾ 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 ਹਾਲੇਲੂਯਾ। ਜਦੋਂ ਅਸੀਂ ਪਰਮੇਸ਼ਵਰ ਨੂੰ ਕੁਝ ਦਿੰਨੇ ਆ, ਪਰਮੇਸ਼ਵਰ ਸਾਨੂੰ ਵਾਪਸ ਕਰਦਾ 30 ਗੁਣਾ 60 ਗੁਣਾ ਤੇ 100 ਗੁਣਾ। ਜਦੋਂ ਅਸੀਂ ਪਰਮੇਸ਼ਵਰ ਦੀ ਖੇਤੀ ਵਿੱਚ ਬੀਜ ਬੋਨੇ ਆ, ਉਹ ਪਰਮੇਸ਼ਵਰ ਉਸ ਬੀਜ ਨੂੰ ਫਲਵੰਤ ਕਰਦਾ 30 ਗੁਣਾ 60 ਗੁਣਾ 100 ਗੁਣਾ। ਮੈਂ 1.5 ਸਾਲ ਲਗਾਤਾਰ ਆਪਣੀ ਸੈਲਰੀ ਵਿੱਚੋਂ ਇਸ ਜਗ੍ਹਾ ਤੇ ਬਸਵੰਤ ਹੋਇਆ। 1.5 ਸਾਲ ਲਗਾਤਾਰ ਮੈਂ ਕਿਸੇ ਨੂੰ ਕਿਹਾ ਕਿ ਮੈਂ ਤੰਗ ਹੈ, ਮੈਂ ਪਰੇਸ਼ਾਨ ਹਾਂ। ਨੋ, ਮੈਂ ਕਿਉਂ ਦੱਸਾਂ ਕਿਸੇ ਨੂੰ? ਕਿਉਂਕਿ ਮੇਰਾ ਪਰਮੇਸ਼ਵਰ ਮੈਨੂੰ ਦੇਖਦਾ ਪਿਆ, ਉਹ ਮੈਨੂੰ ਫਲਵੰਤ ਕਰੇਗਾ। ਜਦੋਂ ਸਮੇਂ ਆਏਗਾ, ਜਦੋਂ ਟਾਈਮ ਆਏਗਾ, ਉਹ ਮੈਨੂੰ ਉਸਦਾ ਦੁੱਗਣਾ ਕਰਕੇ ਵਾਪਸ ਕਰ ਦੇਗਾ। ਹਾਲੇਲੂਯਾ 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 ਹਾਲੇਲੂਯਾ। ਔਰ ਅੱਜ ਵੀ ਮੈਂ ਇਸ ਤਰ੍ਹਾਂ ਹੀ ਕਰ ਰਿਹਾ, ਮੈਂ ਪਰਮੇਸ਼ਵਰ ਦੇ ਭਵਨ ਲਈ ਬੀਜ ਬੋ ਰਿਹਾ ਆਪਣੇ ਕੋਲ ਜਿੰਨਾ ਵੀ ਹੋ ਸਕੇ ਬੋਈ। ਹਾਲੇਲੂਯਾ। ਮੈਨੂੰ ਪਤਾ ਕਿ ਪਰਮੇਸ਼ਵਰ ਨੇ ਕਿਹਾ ਕਿ ਜਦੋਂ ਸਮੇਂ ਆਏਗਾ ਤੇ ਉਸ ਸਮੇਂ ਅਨੁਸਾਰ ਤੁਸੀਂ ਉਸ ਫਲ ਨੂੰ ਕੱਟੋਗੇ। ਹਾਲੇਲੂਯਾ 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 ਹਾਲੇਲੂਯਾ। ਕਿ ਜਦੋਂ ਲੋਕ ਇਕੱਠੇ ਸੀ, ਪਿੰਤੇਕੁਸਤ ਦਾ ਦਿਨ ਸੀ ਤੇ ਲੋਕਾਂ ਦੇ ਉੱਤੇ ਅੱਗ ਦੀਆਂ ਜ਼ਿਬਾਂ ਉਤਰੀਆਂ, ਸਭ ਲੋਕ ਆਤਮਾ ਵਿੱਚ ਭਰ ਗਏ ਤੇ ਅੰਨੇ ਅੰਨੇ ਭਾਸ਼ਾ ਵਿੱਚ ਗੱਲਾਂ ਕਰਨ ਲੱਗੇ। ਹਾਲੇਲੂਯਾ ਹਾਲੇਲੂਯਾ। ਅੱਜ ਤੁਸੀਂ ਕਿੰਨਾ ਸਮੇਂ ਘਰ ਵਿੱਚ ਬੈਠ ਕੇ ਅੰਨੇ ਭਾਸ਼ਾ ਵਿੱਚ ਪ੍ਰਾਰਥਨਾ ਕਰਦੇ ਹੋ? ਥੋੜੇ ਸਮੇਂ, 10 ਮਿੰਟ, 5 ਮਿੰਟ, ਸ਼ਾਇਦ ਆਉਂਦਾ ਹੀ ਨਹੀਂ ਹੋਗਾ ਅੰਨੇ ਭਾਸ਼ਾ। ਪਵਿੱਤਰ ਆਤਮਾ ਦਾ ਅਭਿਸ਼ੇਕ ਸ਼ਾਇਦ ਆਉਂਦਾ ਹੀ ਨਹੀਂ ਹੋਗਾ। ਪਵਿੱਤਰ ਆਤਮਾ ਤੋਂ ਬਗੈਰ ਤੁਸੀਂ ਅਧੂਰੇ ਹੋ, ਪਵਿੱਤਰ ਆਤਮਾ ਤੋਂ ਬਗੈਰ ਤੁਸੀਂ ਸੰਸਾਰਿਕ ਹੈਗੇ ਹੋ। ਪਵਿੱਤਰ ਆਤਮਾ ਦੇ ਵਿੱਚ ਜਦੋਂ ਤੁਸੀਂ ਗੱਲਾਂ ਕਰੋਗੇ ਤੇ ਤੁਹਾਡੀ ਗੱਲ ਸੰਸਾਰ ਨਾਲ ਨਹੀਂ ਬਲਕਿ ਸਿੱਧੀ ਪਰਮੇਸ਼ਵਰ ਨਾਲ ਹੋਏਗੀ। ਹਾਲੇਲੂਯਾ 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 ਹਾਲੇਲੂਯਾ। ਪਵਿੱਤਰ ਆਤਮਾ ਨੂੰ ਪਾਉਣ ਦੇ ਲਈ ਸਾਡਾ ਜੀਵਨ ਜਿਹੜਾ ਹੈ ਪਰਮੇਸ਼ਵਰ ਦੇ ਹੱਥ ਵਿੱਚ ਅਸੀਂ ਸੌਂਪਣਾ, ਆਪਣੇ ਜੀਵਨ ਨੂੰ ਸਮਰਪਣ ਕਰਨਾ ਪ੍ਰਭੂ ਨੂੰ। ਹਾਲੇਲੂਯਾ 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 ਹਾਲੇਲੂਯਾ। ਆਸ਼ੀਸ਼ ਕਿਦਾਂ ਵਧਣੀ? ਅੱਜ ਇੱਕ ਵੱਡੀ ਆਸ਼ੀਸ਼ ਦੇ ਪਿੱਛੇ ਇੱਕ ਇੱਕ ਕਾਰਨ ਹੈ ਕਿ ਕਿਸੇ ਨਾ ਕਿਸੇ ਨੇ ਉਹਦੀ ਕੀਮਤ ਚੁਕਾਈ ਹੈ। ਤੁਹਾਨੂੰ ਸਭ ਕੁਝ ਨਜ਼ਰ ਆ ਰਿਹਾ, ਪਰ ਇਹਦੇ ਪਿੱਛੇ ਕਿਸੇ ਨਾ ਕਿਸੇ ਨੇ ਕੋਈ ਕੀਮਤ ਚੁਕਾਈ ਹੈ। ਹਾਲੇਲੂਯਾ 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 ਹਾਲੇਲੂਯਾ। ਹਰ ਵੱਡੀ ਬਰਕਤ ਦੀ ਸ਼ੁਰੂਆਤ ਛੋਟੀ ਤੋਂ ਹੁੰਦੀ ਹੈ। ਹਰ ਵੱਡੀ ਵੱਡੀ ਆਸ਼ੀਸ਼ ਦੀ ਸ਼ੁਰੂਆਤ ਛੋਟੀ ਤੋਂ ਹੋਏਗੀ। ਹਾਲੇਲੂਯਾ ਹਾਲੇਲੂਯਾ। ਤੁਹਾਡੇ ਜੀਵਨ ਵਿੱਚ ਅਗਰ ਛੋਟਾ ਜਿਹਾ ਚਮਤਕਾਰ ਵੀ ਹੁੰਦਾ ਹੈ, ਪਰਮੇਸ਼ਵਰ ਕੋਈ ਛੋਟਾ ਜਿਹਾ ਕੰਮ ਵੀ ਤੁਹਾਡੇ ਜੀਵਨ ਵਿੱਚ ਕਰਦਾ, ਉਹਨੂੰ ਬੋਲਣ ਤੋਂ ਨਾ ਰੁਕੋ, ਗਵਾਹੀ ਦੇਣ ਤੋਂ ਨਾ ਰੁਕੋ, ਇੱਕਦਮ ਤੁਰੰਤ ਅਗਲੇ ਹਫ਼ਤੇ ਆਓ, ਉਸ ਦੀ ਗਵਾਹੀ ਖੜੀ ਕਰੋ, ਗਵਾਹੀ ਦਿਓ ਮੇਰੇ ਜੀਵਨ 'ਚ ਪਰਮੇਸ਼ਵਰ ਨੇ ਇੱਦਾਂ ਕੀਤਾ। ਅਸੀਂ ਛੋਟੀ ਗਵਾਹੀ ਨੂੰ ਡੱਕ ਲੈਂਦੇ ਹਾਂ, ਰੋਕ ਲੈਂਦੇ ਹਾਂ, ਜਦੋਂ ਛੋਟੀ ਨੂੰ ਰੋਕਦੇ ਹਾਂ ਤੇ ਵੱਡੀ ਆਉਂਦੀ ਨਹੀਂ। ਛੋਟੀ ਨੂੰ ਅਸੀਂ ਰੋਕਦੇ ਹਾਂ ਤੇ ਵੱਡੀ ਆਉਂਦੀ ਨਹੀਂ। ਹਰ ਵੱਡੀ ਗੱਲ ਦੀ ਸ਼ੁਰੂਆਤ ਜਿਹੜੀ ਤੁਸੀਂ ਅੱਜ ਤੁਹਾਨੂੰ ਬਹੁਤ ਵੱਡਾ ਲੱਗ ਰਿਹਾ, ਅੱਜ ਉਹ ਇੱਕ ਦਿਨ ਇੰਨਾ ਕੁ ਸੀ। ਅੱਜ ਤੁਹਾਨੂੰ ਗਿਣਤੀ ਸ਼ਾਇਦ ਹਜ਼ਾਰਾਂ 'ਚ ਨਜ਼ਰ ਆਉਂਦੀ ਹੋਗੀ, ਲੇਕਿਨ ਉਹ ਯਾਦ ਰੱਖੋ ਇੱਕ ਤੋਂ ਸਟਾਰਟ ਹੋਈ ਹੈ ਗਿਣਤੀ। ਗਿਣਤੀ ਹਮੇਸ਼ਾ ਇੱਕ ਤੋਂ ਹੁੰਦੀ ਸ਼ੁਰੂ, ਫਿਰ ਉਸ ਤੋਂ ਬਾਅਦ ਅੱਗੇ ਜਾਣਗੇ 2, 3, 100, 1000, 5। ਸ਼ੁਰੂਆਤ ਜਿਹੜੀ ਤੁਸੀਂ ਅੱਜ ਤੁਸੀਂ ਦੇਖ ਰਹੇ ਹੋ ਕਿ ਬਹੁਤ ਵੱਡਾ ਸਟੈਪ, ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਹਰ ਵੱਡੀ ਆਸ਼ੀਸ਼ ਦੀ ਸ਼ੁਰੂਆਤ ਛੋਟੀ ਤੋਂ ਹੋਣੀ ਹੈ। ਛੋਟੀ ਆਸ਼ੀਸ਼ ਤੁਹਾਨੂੰ ਮਿਲੇਗੀ ਤੇ ਵੱਡੀ ਹੋਏਗੀ, ਜੇ ਛੋਟੀ ਨਹੀਂ ਸ਼ੁਰੂਆਤ ਹੋਏਗੀ ਤੇ ਵੱਡੀ ਵੀ ਨਹੀਂ ਹੋਏਗੀ। ਹਾਲੇਲੂਯਾ ਹਾਲੇਲੂਯਾ। ਜਦੋਂ ਅਸੀਂ ਮਾਂ ਦੇ ਗਰਭ ਦੇ ਵਿੱਚ ਸੀ ਤੇ ਅਸੀਂ ਬਿਲਕੁਲ ਛੋਟੇ ਜਿਹੇ ਸੀ, ਅੱਜ ਅਸੀਂ ਦੇਖੋ ਕਿੰਨੇ ਵੱਡੇ ਹੋ ਗਏ। ਅੱਜ ਸਾਡਾ ਮਾਇੰਡ ਵੱਧ ਗਿਆ, ਵਿਚਾਰ ਵੱਧ ਗਿਆ, ਸਾਡਾ ਕੱਦ ਘਾਟ ਵੱਧ ਗਿਆ, ਸਾਡੀ ਬੋਲਣ ਦੀ ਤਾਕਤ ਵੱਧ ਗਈ, ਸਭ ਕੁਝ ਵੱਧ ਗਿਆ। ਜ਼ਮੀਨ ਦੇ ਵਿੱਚ ਜਦੋਂ ਇੱਕ ਬੀਜ ਬੋਇਆ ਜਾਂਦਾ ਤੇ ਇੱਕ ਛੋਟਾ ਜਿਹਾ ਬੀਜ ਹੁੰਦਾ, ਲੇਕਿਨ ਜਦੋਂ ਵੱਧਦਾ ਤੇ ਬਹੁਤ ਵੱਡਾ ਪੇੜ ਬਣ ਜਾਂਦਾ। ਇੱਕ ਬਹੁਤ ਵੱਡੇ ਅੱਜ ਜਿਹੜਾ ਤੁਹਾਨੂੰ ਪੇੜ ਨਜ਼ਰ ਆ ਰਹੇ ਨੇ, ਇੱਕ ਦਿਨ ਉਹ ਪੌਦਾ ਸੀ ਛੋਟਾ ਜਿਹਾ ਤੇ ਅੱਜ ਉਹ ਬਹੁਤ ਵੱਡਾ ਬਣ ਗਿਆ। ਹਾਲੇਲੂਯਾ ਹਾਲੇਲੂਯਾ। ਏਲੀਆ ਏਲੀਆ ਪਰਮੇਸ਼ਵਰ ਦਾ ਦਾਸ ਸੀ, ਜਦੋਂ ਕਰਮੇਲ ਪਰਬਤ ਦੇ ਉੱਤੇ ਚੜ ਗਿਆ ਤੇ ਉੱਥੇ ਬੈਠ ਕੇ ਪ੍ਰਾਰਥਨਾ ਕਰਨ ਲੱਗਾ। ਕਿਹੜੇ ਪਰਬਤ ਤੇ ਚੜ ਗਿਆ? ਕਰਮੇਲ ਪਰਬਤ ਤੇ। ਮੂਸਾ ਕਿਹੜੇ ਪਰਬਤ ਤੇ ਬੈਠਦਾ ਸੀ? ਸੀਨੇ ਪਰਬਤ ਦੇ ਉੱਤੇ। ਯੀਸ਼ੂ ਮਸੀਹ ਕਿਹੜੇ ਪਰਬਤ ਤੇ ਪ੍ਰਾਰਥਨਾ ਕਰਦੇ ਸੀ? ਜੈਤੂਨ ਦੇ ਪਰਬਤ ਤੇ। ਅਸੀਂ ਕਿਹੜੇ ਪਰਬਤ ਤੇ ਬੈਠਦੇ ਹਾਂ? ਕਿਸੇ ਵੀ ਪਰਬਤ ਤੇ। ਹਾਲੇਲੂਯਾ ਹਾਲੇਲੂਯਾ ਹਾਲੇਲੂਯਾ। ਆਪਣੇ ਕਮਰੇ 'ਚ ਪਰਮੇਸ਼ਵਰ ਨੇ ਬਦਲਤਾ, ਕਹਿੰਦਾ ਆਪਣੇ ਕਮਰੇ 'ਚ ਜਾ, ਕੋਠੜੀ 'ਚ ਜਾ, ਦੁਆਰ ਬੰਦ ਕਰ, ਗੁਪਤ ਵਿੱਚ ਪ੍ਰਾਰਥਨਾ ਕਰ। ਪਰਮੇਸ਼ਵਰ ਨੇ ਤੁਹਾਨੂੰ ਸਾਰਾ ਆਸਾਨ ਕਰ ਦਿੱਤਾ। ਪਰਬਤ ਕਿੱਥੇ ਲੱਭੋਗੇ? ਇੱਥੇ ਹਾਈ ਸਾਰਾ ਪਲੇਨ। ਪਰਮੇਸ਼ਵਰ ਨੇ ਸਾਡੇ ਤੁਹਾਡੇ ਲਈ ਬਹੁਤ ਆਸਾਨ ਕਰ ਦਿੱਤਾ। ਉਹਨੇ ਜਿਹੜਾ ਵੀ ਕੋਈ ਵਿਸ਼ਵਾਸ ਕਰੇਗਾ ਉਹ ਬਚਾਇਆ ਜਾਏ। ਪ੍ਰਭੂ ਯਿਸੂ ਮਸੀਹ ਕਹਿੰਦਾ ਮੈਂ ਤੁਹਾਡੇ ਲਈ ਬਲੀਦਾਨ ਦਿੱਤਾ। ਜਦੋਂ ਮੈਂ ਤੁਹਾਨੂੰ ਬਲੀਦਾਨ ਦਿੱਤਾ ਤੁਹਾਡੇ ਸਭਨਾਂ ਦੇ ਲਈ, ਤੇ ਫਿਰ ਤੁਹਾਨੂੰ ਹੋਰ ਜਗ੍ਹਾ ਜਗ੍ਹਾ ਤੇ ਜਾ ਕੇ ਬਲੀਦਾਨ ਚੜਾਉਣ ਦੀ ਜ਼ਰੂਰਤ ਨਹੀਂ ਆ। ਹਾਲੇਲੂਯਾ 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 ਹਾਲੇਲੂਯਾ। ਅੱਗ ਦੀਆਂ ਜੀਭਾਂ ਨਜ਼ਰ ਆਈਆਂ ਉਸ ਸਮੇਂ ਲੋਕਾਂ ਨੂੰ, ਜਿਹੜੇ ਵੀ ਉਸ ਸਮੇਂ ਇਸ ਜਗ੍ਹਾ ਤੇ ਇਕੱਠੇ ਸੀ, ਪਵਿੱਤਰ ਆਤਮਾ ਨਾਲ ਸਭ ਭਰ ਗਏ ਤੇ ਅੱਗ ਦੀਆਂ ਜੀਭਾਂ ਉਹਨਾਂ ਨੂੰ ਨਜ਼ਰ ਆਈਆਂ।
ਕਰਮੇਲ ਪਰਬਤ ਦੇ ਉੱਤੇ ਏਲੀਆ ਚੜ ਗਿਆ ਔਰ ਪ੍ਰਾਰਥਨਾ ਕਰਨ ਲੱਗਾ ਔਰ ਅਹਾਬ ਰਾਜਾ ਨੂੰ ਕਹਿਣ ਲੱਗਾ ਅੱਜ ਬਹੁਤ ਵੱਡੀ ਬਾਰਿਸ਼ ਦੀ ਆਉਂਦੀ ਹੋਈ ਅੱਜ ਬਾਰਿਸ਼ ਆਏਗੀ ਪੂਰੀ ਤੂੰ ਆਪਣੇ ਰੁੱਤ ਰੱਥ ਨੂੰ ਜੁੱਤ ਉਹਦੇ ਅੱਗੇ ਘੋੜੇ ਲਗਾ ਤੇ ਸਿੱਧਾ ਆਪਣੇ ਮਹਿਲ ਚ ਚਲਾ ਜਾ ਆਪਣੇ ਪ੍ਰਾਰਥਨਾ ਕਰਕੇ ਆਪਣੇ ਸਿੱਖ ਨੂੰ ਕਹਿਣ ਲਗਾ ਏਲੀਆ ਜਾ ਦੇਖ ਸਮੁੰਦਰ ਵੱਲ ਧਿਆਨ ਮਾਰ ਕੋਈ ਬਾਰਿਸ਼ ਤੇ ਨਹੀਂ ਆ ਰਹੀ ਇਧਰੋਂ ਉਹ ਜਾਂਦਾ ਦੇਖਦਾ ਕਹਿੰਦਾ ਨਹੀਂ ਗੁਰੂ ਜੀ ਕੋਈ ਬਾਰਿਸ਼ ਨਹੀਂ ਆ ਰਹੀ ਉਹ ਫਿਰ ਆ ਜਾਂਦਾ ਏਲੀਆ ਫਿਰ ਪ੍ਰਾਰਥਨਾ ਕਰ ਰਿਹਾ ਸੱਤ ਵਾਰ ਲਗਾਤਾਰ ਨੂੰ ਭੇਜਦਾ ਸਿਰਫ ਨੂੰ ਜਾ ਕਹਿੰਦਾ ਨਜ਼ਰ ਮਾਰ ਸਮੁੰਦਰ ਵੱਲ ਕੋਈ ਤੂਫਾਨ ਤੇ ਨਹੀਂ ਚੜਿਆ ਇਧਰ ਛੇ ਵਾਰ ਗਿਆ ਕੁਛ ਨਜ਼ਰ ਨਹੀਂ ਆਇਆ ਸੱਤਵੀਂ ਵਾਰ ਜਦੋਂ ਗਿਆ ਕਹਿੰਦਾ ਗੁਰੂ ਜੀ ਇੱਕ ਹੱਥ ਜਿੰਨਾ ਬੱਦਲ ਦਿਖਾਈ ਦੇ ਰਿਹਾ ਕਿੰਨਾ ਕੁ ਬੱਦਲ ਦਿਖਾਈ ਦੇ ਰਿਹਾ ਹੱਥ ਜਿੰਨਾ ਕੁ ਹੱਥ ਹੁੰਦਾ ਸਾਡਾ ਇੰਨਾ ਕੁ ਬੱਦਲ ਦਿਖਾਈ ਦੇ ਰਿਹਾ ਬਰਕਤ ਕਿੰਨੀ ਆਈ ਬੋਲੋ ਹੱਥ ਜਿੰਨੀ ਬੱਦਲ ਕਿੰਨਾ ਚੜਿਆ ਸ਼ੁਰੂਆਤ ਕਿੰਨੀ ਹੋਈ ਛੋਟੀ ਔਰ ਉਸੀ ਸਮੇਂ ਉਸ ਤੋਂ ਬਾਅਦ ਕਹਿੰਦੇ ਪੂਰਾ ਆਸਮਾਨ ਕਾਲਾ ਪੈ ਗਿਆ ਤੇ ਆਂਧੀ ਦੀ ਸਨਸਨਾਹਟ ਆ ਗਈ ਤੇ ਬਾਰਿਸ਼ ਇੰਨੀ ਕੁ ਵਰੀ ਕਿ ਉਹਨਾਂ ਨੂੰ ਲੁਕਣਾ ਵੀ ਦੌੜਨਾ ਵੀ ਨਸੀਬ ਨਹੀਂ ਹੋਇਆ ਇੰਨੀ ਕੁ ਬਾਰਿਸ਼ ਵਰੀ ਬੱਦਲ ਕਿੰਨਾ ਕੁ ਚੜਿਆ ਇੰਨਾ ਉਸ ਤੋਂ ਬਾਅਦ ਕਿੰਨੀ ਬਾਰਿਸ਼ ਹੋਈ ਕਈ ਗੁਣਾ ਤਾਕਤ ਨਾਲ ਬਾਰਿਸ਼ ਹਾਲੇਲੂਯਾ ਹਾਲੇਲੂਯਾ ਆਸ਼ੀਸ਼ ਤੁਹਾਡੇ ਜੀਵਨ ਵਿੱਚ ਛੋਟੀ ਆਈ ਹੈ ਉਸ ਛੋਟੀ ਆਸ਼ੀਸ਼ ਨੂੰ ਅਗਰ ਤੁਸੀਂ ਵੱਡਾ ਕਰਨਾ ਤੇ ਉਹਦੇ ਲਈ ਤੁਹਾਨੂੰ ਪ੍ਰਾਰਥਨਾ ਕਰਨੀ ਪਏਗੀ ਅਗਰ ਆਸ਼ੀਸ਼ ਇੱਕ ਛੋਟੀ ਜਿੰਨੀ ਆਈ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਅਗਰ ਬਰਕਤ ਇੱਕ ਛੋਟੀ ਆਈ ਹੈ ਉਸ ਛੋਟੀ ਬਰਕਤ ਲਈ ਪ੍ਰਾਰਥਨਾ ਕਰੋ ਤਾਂ ਕਿ ਵੱਡੀ ਬਰਕਤ ਬਣ ਜਾਏ ਤੁਹਾਡੇ ਜੀਵਨ ਦੇ ਵਿੱਚ ਹਾਲੇਲੂਯਾ ਹਾਲੇਲੂਯਾ ਇੱਕ ਛੋਟੀ ਬਰਕਤ ਨੂੰ ਲੈ ਕੇ ਅਸੀਂ ਕੀ ਕਰਨਾ ਸ਼ਾਂਤ ਹੋ ਜਾਣਾ ਬਹੁਤ ਹੈ ਇੱਕ ਛੋਟੀ ਜੋਬ ਮਿਲ ਗਈ 7000 ਦੀ ਬਹੁਤ ਹੈ ਅੱਗੇ ਪ੍ਰਾਰਥਨਾ ਕੀਤੀ ਵਧਣ ਦੇ ਲਈ ਹਾਲੇਲੂਯਾ ਕਿਸੇ ਇਨਸਾਨ ਦੇ ਬਿਜ਼ਨਸ ਲਈ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਉਹ ਕਹਿੰਦਾ ਮੇਰਾ ਬਿਜ਼ਨਸ ਬਹੁਤ ਅੱਛਾ ਚੱਲ ਪਿਆ ਪਰ ਆਪਣੇ ਬਿਜ਼ਨਸ ਨੂੰ ਅੱਛਾ ਚਲਾਉਣ ਦੇ ਲਈ ਅੱਗੇ ਉਹ ਪ੍ਰਾਰਥਨਾ ਕਰਦਾ ਕਿ ਇਸ ਤੋਂ ਵੀ ਜ਼ਿਆਦਾ ਬੈਟਰ ਹੋ ਜਾਏ ਹਾਲੇਲੂਯਾ ਹਾਲੇਲੂਯਾ ਆਪਣੇ ਆਸ਼ੀਸ਼ ਨੂੰ ਮੇਨਟੇਨ ਨਹੀਂ ਰੱਖ ਪਾਉਂਦਾ ਇਨਸਾਨ ਉਹ ਆਸ਼ੀਸ਼ ਨੂੰ ਮੇਨਟੇਨ ਕਿਉਂ ਨਹੀਂ ਰੱਖ ਪਾਉਂਦਾ ਕਿਉਂਕਿ ਉਹ ਪ੍ਰਾਰਥਨਾ ਨਹੀਂ ਕਰਦਾ ਉਹ ਆਤਮਾ ਵਿੱਚ ਨਹੀਂ ਭਰਦਾ ਉਹਦੇ ਵਿੱਚ ਅੰਨੇ ਭਾਸ਼ਾ ਨਹੀਂ ਹੈਗੀ ਉਹ ਪਰਮੇਸ਼ਵਰ ਦੇ ਘਰ ਵਿੱਚ ਨਹੀਂ ਆਉਂਦਾ ਉਹ ਬਿਜ਼ਨਸ ਜਿਹੜਾ ਚੰਗਾ ਭਲਾ ਚੱਲਦਾ ਸੀ ਫਿਰ ਕਿੱਥੇ ਆ ਜਾਂਦਾ ਡਾਊਨ ਫਿਰ ਉਹ ਕਹਿੰਦਾ ਫਿਰ ਆਉਂਦਾ ਪ੍ਰਾਰਥਨਾ ਕਰਾਉਂਦਾ ਕਹਿੰਦਾ ਮੇਰਾ ਬਿਜ਼ਨਸ ਫਿਰ ਡਾਊਨ ਹੋ ਗਿਆ ਇਟ ਮੀਨਸ ਕਿ ਉਹ ਇਨਸਾਨ ਆਪਣੇ ਬਿਜ਼ਨਸ ਦੀ ਬਲੈਸਿੰਗ ਨੂੰ ਆਸ਼ੀਸ਼ ਨੂੰ ਮੇਨਟੇਨ ਨਹੀਂ ਰੱਖ ਪਾ ਰਿਹਾ ਉਹਨੂੰ ਪਤਾ ਨਹੀਂ ਹੈਗਾ ਕਿ ਮੈਂ ਆਪਣੀ ਆਸ਼ੀਸ਼ ਨੂੰ ਮੇਨਟੇਨ ਕਿੱਦਾਂ ਰੱਖਣਾ ਹਾਲੇਲੂਯਾ ਹਾਲੇਲੂਯਾ ਤੁਹਾਡੀ ਆਸ਼ੀਸ਼ ਬਣੀ ਰਹੇ ਤੁਹਾਡੀ ਆਸ਼ੀਸ਼ ਸਟੈਪ ਬਾਈ ਸਟੈਪ ਅੱਗੇ ਵਧੇ ਥੱਲੇ ਨੂੰ ਨਾ ਉੱਪਰ ਨੂੰ ਜਾਏ ਉਹ ਕਿੱਦਾਂ ਕਰਨਾ ਪਏਗਾ ਤੁਹਾਨੂੰ ਉਹਦੇ ਲਈ ਤੁਹਾਨੂੰ ਸੰਘਰਸ਼ ਕਰਨਾ ਪਏਗਾ ਸ਼ੈਤਾਨ ਨਾਲ ਲੜਨਾ ਪਏਗਾ ਅੱਗ ਵਾਲੀ ਪ੍ਰਾਰਥਨਾ ਕਰਨੀ ਪਏਗੀ ਅੰਨੇ ਭਾਸ਼ਾ ਵਾਲੀ ਪ੍ਰਾਰਥਨਾ ਕਰਨੀ ਪਏਗੀ ਆਤਮਾ ਵਿੱਚ ਭਰ ਕੇ ਪ੍ਰਾਰਥਨਾ ਕਰਨੀ ਪਏਗੀ ਸਮਰਥ ਨਾਲ ਭਰ ਕੇ ਪ੍ਰਾਰਥਨਾ ਕਰਨੀ ਪਏਗੀ ਤੁਹਾਨੂੰ ਹਾਲੇਲੂਯਾ ਹਾਲੇਲੂਯਾ ਮੈਂ ਦੇਖਿਆ ਆਪਣੀ ਲਾਈਫ ਵਿੱਚ ਇੱਕ ਗੱਲਾਂ ਕਰਕੇ ਆਤਮਾ ਵਿੱਚ ਪ੍ਰਾਰਥਨਾ ਕੀਤੀ ਸਾਰਾ ਦਿਨ ਸਾਰੀ ਰਾਤ ਆਤਮਾ ਵਿੱਚ ਪ੍ਰਾਰਥਨਾ ਔਰ ਮਰੀਜ਼ ਆਇਆ ਇੱਦਾਂ ਆ ਗਿਆ ਇੱਦਾਂ ਸ਼ੈਤਾਨ ਇੱਦਾਂ ਗਿਆ ਦੌੜਦਾ ਥੋੜੇ ਸਮੇਂ ਚ ਹੋਇਆ ਕਿ ਕਿੱਦਾਂ ਹੁੰਦਾ ਇੱਦਾਂ ਕਿੱਦਾਂ ਪੋਸੀਬਲ ਹੁੰਦਾ ਸ਼ੈਤਾਨ ਕਿੱਦਾਂ ਦੌੜਦੇ ਆ ਸਿੰਪਲ ਪ੍ਰਾਰਥਨਾ ਨਾਲ ਨਹੀਂ ਜਾਣਗੇ ਪਰਮੇਸ਼ਰ ਨੇ ਤੁਹਾਨੂੰ ਅਧਿਕਾਰ ਜ਼ਰੂਰ ਦਿੱਤਾ ਪਰ ਉਸ ਅਧਿਕਾਰ ਨੂੰ ਲੈਣ ਦੇ ਲਈ ਜਾਂ ਇਸਤੇਮਾਲ ਕਰਨ ਦੇ ਲਈ ਤੁਹਾਨੂੰ ਹਥਿਆਰ ਤਿੱਖਾ ਕਰਨਾ ਪਏਗਾ ਹਥਿਆਰ ਦੀ ਧਾਰ ਬਣਾਉਣੀ ਪਏਗੀ ਇੱਕ ਹਥਿਆਰ ਤੁਹਾਡੇ ਕੋਲ ਹੈ ਲੇਕਿਨ ਉਸ ਹਥਿਆਰ ਨੂੰ ਤੁਸੀਂ ਅਗਰ ਰੱਖ ਛੱਡਦੇ ਹੋ ਤੇ ਆਸਤਾ ਆਸਤਾ ਨੂੰ ਜੰਗ ਲੱਗੇਗਾ ਔਰ ਜਦੋਂ ਤੁਸੀਂ ਉਹਨੂੰ ਲੱਕੜ ਦੇ ਚਲਾਉਣ ਦੀ ਕੋਸ਼ਿਸ਼ ਕਰੋ ਉਹ ਵਾਪਸ ਆ ਜਾਏਗਾ ਚਲਾ ਕੇ ਦੇਖੋ ਕੁਲਹਾੜੀ ਅਗਰ ਤਿੱਖੀ ਨਹੀਂ ਹੈਗੀ ਕੁਲਹਾੜੀ ਲੱਕੜ ਤੇ ਮਾਰੋਗੇ ਵਾਪਸ ਆ ਜਾਏਗੀ ਅਗਰ ਤੁਸੀਂ ਡੇਲੀ ਹਥਿਆਰ ਨੂੰ ਤਿੱਖਾ ਕਰਦੇ ਹੋ ਮੀਨਸ ਕਿ ਤੁਸੀਂ ਡੇਲੀ ਪ੍ਰਾਰਥਨਾ ਕਰਦੇ ਹੋ ਆਤਮਾ ਵਿੱਚ ਔਰ ਆਤਮਾ ਦੇ ਅਭਿਸ਼ੇਕ ਵਿੱਚ ਭਰ ਕੇ ਅਗਰ ਪ੍ਰਾਰਥਨਾ ਕਰਦੇ ਹੋ ਤੁਹਾਡੀ ਆਤਮਾ ਇੱਕ ਧਾਰਦਾਰ ਪ੍ਰਾਰਥਨਾ ਬਣ ਜਾਏਗੀ ਤੁਹਾਡੀ ਪ੍ਰਾਰਥਨਾ ਤੁਹਾਡੀ ਪ੍ਰਾਰਥਨਾ ਚ ਇੱਕ ਦਮ ਹੋਏਗਾ ਤੁਹਾਡੀ ਪ੍ਰਾਰਥਨਾ ਚ ਇੱਕ ਤਾਕਤ ਹੋਏਗੀ ਤੁਹਾਡੀ ਪ੍ਰਾਰਥਨਾ ਚ ਇੱਕ ਬਲਸ਼ਾਲੀ ਪ੍ਰਾਰਥਨਾ ਹੋਏਗੀ ਜਿੱਦਾਂ ਹੀ ਤੁਸੀਂ ਪ੍ਰਾਰਥਨਾ ਕਰੋਗੇ ਕਿਸੇ ਮਰੀਜ਼ ਦੇ ਉੱਤੇ ਉਹ ਉਸੇ ਵੇਲੇ ਯਿਸੂ ਮਸੀਹ ਦੇ ਨਾਮ ਤੋਂ ਚੰਗਾ ਹੋਏਗਾ ਹਾਲੇਲੂਯਾ 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 ਏਲੀਆ ਕਰਮੇਲ ਪਰਬਤ ਤੇ ਪ੍ਰਾਰਥਨਾ ਕਰਦਾ ਪਿਆ ਹਾਲੇਲੂਯਾ ਅਸੀਂ ਪ੍ਰਾਰਥਨਾ ਕਿੱਥੇ ਕਰਨੀ ਹੈ ਆਪਣੇ ਕਮਰੇ ਵਿੱਚ ਗੁਪਤ ਵਿੱਚ ਜਾ ਕੇ ਪ੍ਰਾਰਥਨਾ ਕਰਨੀ ਫਟਦੀ ਹੋਈ ਦਿਖਾਈ ਦੀ ਇੰਗਲਿਸ਼ ਅਗਰ ਦੇਖੀਏ ਇੱਥੇ ਲਿਖਿਆ ਦਿਖਾਈ ਦੇਣ ਦਾ ਮਤਲਬ ਸੀ ਇੰਗਲਿਸ਼ ਦਾ ਸ਼ਬਦ ਹੈ ਸੀ ਸੀ ਦਾ ਮਤਲਬ ਕਿ ਅਗਰ ਤੁਸੀਂ ਖੁੱਲੀਆਂ ਅੱਖਾਂ ਨਾਲ ਦੇਖਦੇ ਹੋ ਤਾਂ ਤੁਸੀਂ ਉਹਨੂੰ ਪਰ ਇੱਥੇ ਲਿਖਿਆ ਕਿ ਉਹਨਾਂ ਨੂੰ ਅੱਗ ਦੀਆਂ ਜੀਭਾਂ ਫਟਦੀਆਂ ਹੋਈਆਂ ਨਜ਼ਰ ਆਈਆਂ ਇਹਦਾ ਮਤਲਬ ਅੱਖਾਂ ਖੋਲ ਕੇ ਦੇਖ ਰਹੇ ਸੀ ਨੋ
ਦਰਸ਼ਨ ਦੇਖ ਰਹੇ ਸੀ। ਅਪੀਅਰ ਸ਼ਬਦ ਹੈ ਜਿਹੜਾ, ਉਹਦਾ ਮਤਲਬ ਕਿ ਅੱਖਾਂ ਬੰਦ ਕੀਤੀਆਂ ਸੀ, ਉਹ ਦਰਸ਼ਨ ਦੇਖ ਰਹੇ ਸੀ। ਜੇ ਉਹਨਾਂ ਨੇ ਅੱਖਾਂ ਖੁੱਲੀਆਂ ਹੁੰਦੀਆਂ ਤਾਂ ਸ਼ਾਇਦ ਉਹਨਾਂ ਨੂੰ ਕੁਛ ਵੀ ਨਜ਼ਰ ਨਾ ਆਉਂਦਾ। ਖੁੱਲੀਆਂ ਅੱਖਾਂ ਨਾਲ ਅਸੀਂ ਕਦੀ ਕਿਸੇ ਨੂੰ ਨਹੀਂ ਦੇਖ ਸਕਦੇ। ਅਗਰ ਤੁਸੀਂ ਬੰਦ ਅੱਖਾਂ ਰੱਖਦੇ ਹੋ, ਆਤਮਾ ਵਿੱਚ ਲੀਨ ਰਹਿੰਦੇ ਹੋ, ਤੇ ਸਮਝੋ ਕਿ ਪਵਿੱਤਰ ਆਤਮਾ ਤੁਹਾਡੇ ਵਿਚਕਾਰ ਆ ਔਰ ਤੁਹਾਡੇ ਤੇ ਜ਼ਰੂਰ ਆਏਗਾ। ਹਾਲੇਲੂਯਾ, ਹਾਲੇਲੂਯਾ। ਇੱਕ ਇਨਸਾਨ ਪੂਰੀ ਤਰ੍ਹਾਂ ਲੀਨ ਹੋਇਆ ਪਵਿੱਤਰ ਆਤਮਾ ਦੇ ਵਿੱਚ, ਪੂਰੀ ਤਰ੍ਹਾਂ ਨੱਚਦਾ ਪਿਆ, ਡਾਂਸ ਕਰਦਾ ਪਿਆ, ਪੂਰੀ ਤਰ੍ਹਾਂ ਅਭਿਸ਼ੇਕ ਵਿੱਚ ਭਰਿਆ ਹੋਇਆ, ਤੇ ਬਾਕੀ ਸਾਰੇ ਉਹਦਾ ਦੇਖਦੇ ਪਏ ਕੀ ਕਰ ਲੱਗ ਗਿਆ। ਹਾਲੇਲੂਯਾ, ਹਾਲੇਲੂਯਾ। ਉਹਦੇ ਵੱਲ ਨਾ ਦੇਖੋ, ਇਹ ਦੇਖੋ ਕਿ ਮੈਂ ਕੀ ਕਰ ਰਿਹਾ, ਮੈਂ ਕਿਸ ਕੰਮ ਲਈ ਆਇਆ। ਉਹਦੇ ਵੱਲ ਹੀ ਦੇਖਦੇ ਰਹੋਗੇ, ਉਹਦੇ ਆਤਮਾ ਚ ਭਰਿਆ ਹੋਇਆ, ਉਹਦੇ ਤੇ ਅਭਿਸ਼ੇਕ ਹੈਗਾ, ਉਹਦੇ ਅੱਗ ਨਾਲ ਭਰਿਆ ਹੋਇਆ, ਉਹਦੇ ਆਤਮਾ ਨਾਲ ਭਰਿਆ ਹੋਇਆ। ਪਰ ਤੁਸੀਂ ਜਦੋਂ ਉਹਦੇ ਵੱਲ ਦੇਖਦੇ ਪਏ ਹੋ ਤੇ ਤੁਸੀਂ ਕਿੱਥੇ ਹੋ, ਤੁਸੀਂ ਕਿਸ ਲੈਵਲ ਤੇ ਖੜੇ ਹੋ, ਤੁਸੀਂ ਕਿਹੜੀ ਸੀੜੀ ਤੇ ਖੜੇ ਹੋ, ਕੀ ਤੁਸੀਂ ਉੱਪਰ ਨੂੰ ਜਾ ਰਹੇ ਹੋ ਸੀੜੀਆਂ ਤੋਂ ਜਾਂ ਥੱਲੇ ਨੂੰ ਆ ਰਹੇ ਹੋ। ਸ਼ੁਰੂਆਤ ਜਦ ਸਾਡੀ ਹੋ ਚੁੱਕੀ ਹੈ ਤੇ ਅਸੀਂ ਇੱਕ ਪੌੜੀ ਚੜ੍ਹਨੀ ਹੈ, ਫਿਰ ਦੂਜੀ ਚੜ੍ਹਨੀ, ਫਿਰ ਤੀਸਰੀ, ਫਿਰ ਚੌਥੀ, ਫਿਰ ਪੰਜਵੀਂ, ਅਸੀਂ ਉੱਪਰ ਨੂੰ ਜਾਣਾ ਨਾ ਕਿ ਥੱਲੇ ਨੂੰ ਆਣਾ। ਹਾਲੇਲੂਯਾ, ਹਾਲੇਲੂਯਾ। ਔਰ ਇੱਕ ਚੀਜ਼ ਦਾ ਧਿਆਨ ਰੱਖਣਾ, ਤੁਸੀਂ ਲੱਤਾਂ ਖਿੱਚਣ ਵਾਲੇ ਤੁਹਾਨੂੰ ਬਹੁਤ ਮਿਲ ਜਾਣਗੇ। ਤੁਸੀਂ ਇੱਕ ਪੌੜੀ ਚੜੋਗੇ, ਦੂਜੀ ਚੜੋਗੇ, ਤੀਜੀ ਚੜੋਗੇ, ਚੌਥੀ ਚੜੋਗੇ, ਜਿਹੜਾ ਤੁਹਾਨੂੰ ਦੇਖਣਾ ਨਹੀਂ ਨਾ ਚਾਹੁੰਦਾ ਚੜਦਾ ਆ, ਉਹ ਥੱਲੋਂ ਜਾਏਗਾ, ਪੌੜੀ ਖਿੱਚ ਦੇਗਾ, ਉਹਨਾਂ ਫਿਰ ਥੱਲੇ। ਹਾਲੇਲੂਯਾ, ਹਾਲੇਲੂਯਾ। ਅੱਜ ਭਾਜੀ ਦੀ ਗਵਾਹੀ ਦੇ ਰਹੀ ਸੀ ਰਕੇਸ਼ ਭਾਜੀ ਹੋਰੀ, ਕਿੰਨਾ ਅਭਿਸ਼ੇਕ ਇਹਨਾਂ ਦੇ ਉੱਤੇ, ਕਿੰਨਾ ਅੱਜ ਆਤਮਾ ਵਿੱਚ ਭਰੇ ਹੋਏ ਸੀ। ਪਰ ਪੌੜੀ ਖਿੱਚਣ ਵਾਲੇ ਬਹੁਤ ਆਣਗੇ ਇਹਨਾਂ ਦੇ ਕੋਲ, ਉਹ ਕਹਿਣਗੇ ਬੰਦਾ ਅੱਛਾ ਪਹਿਲੀ ਪੌੜੀ ਚੜ ਗਿਆ, ਖਿੱਚੋ ਉਹਨੂੰ ਥੱਲੋਂ, ਥੱਲੋਂ ਖਿੱਚੋ, ਥੱਲੇ ਬੰਦਾ ਡਿੱਗੇ, ਫਿਰ ਪਹਿਲੀ ਤੇ ਆ ਗਏ। ਪਰ ਇਹ ਆਤਮਾ ਪਾਈ ਇਨਸਾਨ ਨੇ, ਆਤਮਾ ਪਾਇਆ ਹੋਇਆ ਇਹਨਾਂ ਨੇ, ਇਹਨਾਂ ਨੂੰ ਪਤਾ ਕਿ ਮੈਂ ਆਤਮਾ ਨਾਲ ਚੱਲਣਾ, ਬੁੱਧੀ ਨਾਲ ਨਹੀਂ ਚੱਲਣਾ। ਹਾਲੇਲੂਯਾ, ਹਾਲੇਲੂਯਾ। ਉਹਨਾਂ ਇਨਸਾਨਾਂ ਨੇ ਇਹਨੂੰ ਡਿਗਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ, ਜਾਂ ਹੋਰ ਵੀ ਬਹੁਤ ਸਾਰੇ ਆਣਗੇ ਕਰਨਗੇ, ਇਹਨਾਂ ਦੇ ਨਾਲ ਹੀ ਨਹੀਂ, ਸਭਨਾਂ ਨਾਲ ਇੱਦਾਂ ਹੋਏਗਾ। ਲੋਕ ਆਣਗੇ, ਤੁਹਾਨੂੰ ਗਿਰਾਉਣ ਦੀ ਕੋਸ਼ਿਸ਼ ਕਰਨਗੇ, ਤੁਹਾਨੂੰ ਡਿਗਾਉਣ ਦੀ ਕੋਸ਼ਿਸ਼ ਕਰਨਗੇ, ਪਰ ਯਾਦ ਰੱਖਣਾ ਉੱਥੇ ਆਤਮਾ ਦਾ ਸਹਾਰਾ ਲੈਣਾ ਤੁਸੀਂ। ਜਦੋਂ ਆਤਮਾ ਦਾ ਸਹਾਰਾ ਇਹਨਾਂ ਨੇ ਲਿਆ ਤੇ ਪਰਮੇਸ਼ਰ ਨੇ ਕੀ ਕੀਤਾ, ਪਲਟਾ, ਇੱਧਰ ਮਾਰ ਦਿੱਤਾ। ਹਾਲੇਲੂਯਾ, ਹਾਲੇਲੂਯਾ। ਤੇ ਜੇ ਕੋਈ ਹੁੰਦਾ ਕੱਚਾ ਬੰਦਾ ਤੇ ਸ਼ਾਇਦ ਗਿਰ ਜਾਂਦਾ। ਕਨਫਿਊਜ਼ ਬੰਦਾ ਉਸ ਸਮੇਂ ਹੁੰਦਾ ਹੈ ਜਦੋਂ ਦੋ ਬੇੜੀਆਂ ਪੈਰ ਰੱਖਦਾ, ਜਦੋਂ ਦੋ ਬੇੜੀਆਂ ਪੈਰ ਰੱਖਦੇ ਆ ਕਨਫਿਊਜ਼ ਹੋ ਜਾਏਗਾ। ਵਚਨ ਉਹੀ ਹੈ, ਵਚਨ ਦੀ ਟਰਾਂਸਲੇਸ਼ਨ ਦਾ ਅਭਿਸ਼ੇਕ ਅਲੱਗ ਅਲੱਗ, ਵਚਨ ਉਹੀ, ਬਾਈਬਲ ਉਹੀ, ਪਵਿੱਤਰ ਆਤਮਾ ਉਹੀ, ਸਭ ਕੁਛ ਉਹੀ ਹੈ, ਪਰ ਉਹਦੀ ਟਰਾਂਸਲੇਟਰ ਦਾ ਜਿਹੜਾ ਭੇਤ ਹੈ ਉਹ ਪਰਮੇਸ਼ਰ ਨੇ ਅਲੱਗ ਅਲੱਗ ਖੋਲਿਆ ਸਭਨਾਂ ਦੇ ਉੱਤੇ। ਇਹੀ ਵਚਨ ਹੋ ਸਕਦਾ ਕੋਈ ਤੁਸੀਂ ਦੂਸਰੇ ਪਾਸੇ ਸੁਣੋ, ਉਹਦੇ ਤੇ ਪਰਮੇਸ਼ਰ ਅਲੱਗ ਤਰ੍ਹਾਂ ਦਾ ਭੇਤ ਖੋਲੇ, ਮੇਰੇ ਤੇ ਹੋ ਸਕਦਾ ਅਲੱਗ ਤਰ੍ਹਾਂ ਦਾ ਖੋਲੇ, ਇਹਨਾਂ ਤੇ ਹੋ ਸਕਦਾ ਅਲੱਗ ਤਰ੍ਹਾਂ ਦਾ ਹੋਵੇ, ਇਹਨਾਂ ਤੇ ਹੋ ਸਕਦਾ ਅਲੱਗ ਤਰ੍ਹਾਂ ਦਾ ਹੋਵੇ। ਹਾਲੇਲੂਯਾ, ਹਾਲੇਲੂਯਾ। ਕਿਉਂਕਿ ਪਵਿੱਤਰ ਬਾਈਬਲ ਦਾ ਜਿਹੜਾ ਵਚਨ ਹੈ, ਇਸ ਨੂੰ ਸੱਤ ਤਹਾਂ ਦੇ ਵਿੱਚ ਦੇਖ ਸਕਦੇ ਹਾਂ, ਇੱਕ ਵਚਨ ਨੂੰ ਸੱਤ ਤਹਾਂ ਦੇ ਵਿੱਚ ਦੇਖ ਸਕਦੇ, ਇਹਦੇ ਸੱਤ ਤਰ੍ਹਾਂ ਦੇ ਅਰਥ ਨਿਕਲਦੇ ਨੇ। ਕਿੱਦਾਂ ਆ ਰਹੀਆਂ ਸੀ, ਆਤਮਾ ਵਿੱਚ, ਜਦੋਂ ਉਹਨਾਂ ਅੱਖਾਂ ਬੰਦ ਕੀਤੀ ਸੀ, ਆਤਮਾ ਸਾਨੂੰ ਨਜ਼ਰ ਆ ਰਿਹਾ ਸੀ। ਅਪੀਅਰ ਸ਼ਬਦ ਆਇਆ ਜਿਹੜਾ ਇੰਗਲਿਸ਼ ਦਾ, ਉਹਦੇ ਚ ਇੱਦਾਂ ਨਜ਼ਰ ਆ, ਇੱਦਾਂ ਲੱਗਦਾ। ਇੱਥੇ ਲਿਖਿਆ, ਅਗਰ ਅਸੀਂ ਹਿੰਦੀ ਚ ਪੜ੍ਹੀਏ ਤੇ ਲਿਖਿਆ ਉਹਨਾਂ ਨੇ ਅੱਗ ਦੀਆਂ ਜੀਭਾਂ ਨੂੰ ਨਜ਼ਰ ਆਈਆਂ। ਹੋ ਸਕਦਾ ਸਾਡੇ ਤੁਹਾਡੇ ਵਿੱਚ ਮਨ ਵਿੱਚ ਇਹ ਗੱਲ ਆ ਜਾਏ ਕਿ ਉਹਨਾਂ ਨੇ ਅੱਖਾਂ ਖੋਲੀਆਂ ਹੋਈਆਂ ਸੀ, ਉਹ ਦੇਖਦੇ ਪਏ ਸੀ। ਪਵਿੱਤਰ ਆਤਮਾ ਨੂੰ ਤੁਸੀਂ ਦੇਖ ਥੋੜੀ ਸਕਦੇ ਹੋ, ਪਵਿੱਤਰ ਆਤਮਾ ਤੇ ਹਵਾ ਹੈ, ਹਵਾ ਨੂੰ ਤੁਸੀਂ ਇੱਥੇ ਹੈਗੀ ਸਾਰੀ ਜਗ੍ਹਾ ਤੇ ਹਵਾ ਹੈਗੀ, ਪਰ ਕਿਆ ਦਿਖਾਈ ਦੇ ਰਹੀ ਹੈ, ਨਹੀਂ ਦਿਖਾਈ ਦੇ ਰਹੀ, ਪਰ ਜਦੋਂ ਪੱਖਾ ਲਗਾਓਗੇ ਤੁਹਾਨੂੰ ਮਹਿਸੂਸ ਜ਼ਰੂਰ ਹੋਏਗੀ ਕਿ ਹਵਾ ਹੈ। ਇਸੇ ਤਰ੍ਹਾਂ ਪਵਿੱਤਰ ਆਤਮਾ ਵੀ ਹੈਗਾ, ਪਰਮੇਸ਼ਵਰ ਵੀ ਇੱਦਾਂ ਦਾ ਹੀ ਆ, ਨਾ ਉਹਦਾ ਰੰਗ ਨਾ ਆਕਾਰ। ਉਹ ਪਵਿੱਤਰ ਆਤਮਾ ਆਏਗਾ, ਤੁਹਾਡੇ ਵਿੱਚ ਮੰਡਲਾਏਗਾ, ਤੁਸੀਂ ਉਹਨੂੰ ਮਹਿਸੂਸ ਕਰੋਗੇ ਅੱਖਾਂ ਬੰਦ ਕਰਕੇ, ਉਹ ਅੱਗ ਦੀਆਂ ਜੀਭਾਂ ਨੂੰ ਨਜ਼ਰ ਦੇਖੋਗੇ, ਤੁਹਾਡੀ ਨਜ਼ਰ ਵਿੱਚ ਆਣਗੀਆਂ। ਹਾਲੇਲੂਯਾ, 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 ਹਾਲੇਲੂਯਾ। ਉਹ ਸਭ ਪਵਿੱਤਰ ਆਤਮਾ ਸੇ ਭਰ ਗਏ, ਔਰ ਜਿਸ ਪ੍ਰਕਾਰ ਆਤਮਾ ਨੇ ਉਹਨੇ ਬੋਲਣੇ ਕੀ ਸਮਰਥ ਦੀ, ਵੇ ਅੰਨੇ ਨੇ ਭਾਸ਼ਾ ਬੋਲਣੇ ਲਗੇ। ਉਹ ਸਭ ਪਵਿੱਤਰ ਆਤਮਾ ਦੇ ਨਾਲ ਭਰ ਗਏ, ਸਭ ਪਵਿੱਤਰ ਆਤਮਾ ਨਾਲ ਭਰ ਗਏ। ਕੀ ਲਿਖਿਆ ਬੋਲੋ, ਸਭ ਪਵਿੱਤਰ ਆਤਮਾ ਨਾਲ ਭਰ ਗਏ, ਸਭ ਪਵਿੱਤਰ ਆਤਮਾ ਨਾਲ ਭਰ ਗਏ। ਔਰ ਇੱਥੇ ਸਾਰੇ ਭਰਦੇ ਨੇ, ਉਸ ਸਮੇਂ ਤੇ ਇੱਥੇ ਲਿਖਿਆ ਸਭ ਭਰ ਗਏ, ਤੇ ਇੰਗਲਿਸ਼ ਵਿੱਚ ਆਲ, ਆਲ ਦਾ ਮਤਲਬ ਸਾਰੇ, ਸਭ ਪਵਿੱਤਰ ਆਤਮਾ ਨਾਲ ਭਰ ਗਏ। ਇਹਦਾ ਮਤਲਬ ਉਸ ਸਮੇਂ ਦੇ ਲੋਕ ਬਹੁਤ ਸਮਰਥੀ ਸੀ, ਪਵਿੱਤਰ ਸੀ, ਪਰਮੇਸ਼ਰ ਦੀ, ਪਰਮੇਸ਼ਰ ਦੀ ਹਜ਼ੂਰੀ ਤੋਂ ਡਰਦੇ ਸੀ, ਪਰਮੇਸ਼ਰ ਦੇ ਵਚਨ ਤੋਂ ਡਰਦੇ ਸੀ, ਗਲਤੀਆਂ ਕਰਨ ਤੋਂ ਡਰਦੇ ਸੀ। ਪਰ ਅੱਜ ਦਾ ਇਨਸਾਨ ਗਲਤੀਆਂ ਕਰਨ ਤੋਂ ਮਾਸਾ ਨਹੀਂ ਡਰਦਾ। ਮੈਨੂੰ ਕਿਹੜਾ ਕੋਈ ਦੇਖਦਾ ਪਿਆ ਕਰ ਲਓ, ਮੈਨੂੰ ਕਿਹੜਾ ਕੋਈ ਸੁਣਦਾ ਪਿਆ ਕਰ ਲਓ। ਅੱਜ ਦਾ ਇਨਸਾਨ ਗਲਤੀ ਕਰਨ ਤੋਂ ਇੱਕ ਸੈਕਿੰਡ ਵੀ ਉਹਨੂੰ ਡਰ ਨਹੀਂ ਲੱਗਦਾ, ਥੋੜਾ ਜਿਹਾ ਵੀ ਡਰ ਨਹੀਂ ਲੱਗਦਾ। ਪਰ ਉਸ ਸਮੇਂ ਲਿਖਿਆ ਕਿ ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ, ਔਰ ਉਸ ਜਗ੍ਹਾ ਤੇ ਲਗਭਗ 3,000 ਲੋਕ ਇਕੱਠੇ ਸੀ।
ਅਸੀਂ ਤੇ ਥੋੜੇ ਹੈਗੇ ਆ, 3000 ਨਹੀਂ ਹੈਗੇ ਅਸੀਂ। ਹਾਲੇਲੂਯਾ। ਪਰ ਆਉਣ ਵਾਲੇ ਸਮੇਂ ਤੋਂ ਹੀ 3000 ਤੋਂ ਵਧਣ ਵਾਲੇ ਹੋ। ਹਾਲੇਲੂਯਾ, 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 ਹਾਲੇਲੂਯਾ। ਬਲਕਿ ਸਭ ਪਵਿੱਤਰ ਆਤਮਾ ਸੇ ਭਰ ਗਏ ਔਰ ਉਹ ਅੰਨੇ ਅੰਨੇ ਭਾਸ਼ਾ ਮੇ ਬਾਤੇ ਕਰਨੇ ਲਗੇ। ਸਭ ਪਵਿੱਤਰ ਆਤਮਾ ਚ ਭਰ ਗਏ। ਅੱਜ ਅਸੀਂ ਸੋਚਣਾ ਹੈ ਕਿ ਮੈਂ ਪਵਿੱਤਰ ਆਤਮਾ ਚ ਕਿਉਂ ਨਹੀਂ ਭਰਦਾ, ਇਹ ਸੋਚਣਾ ਕਿ ਮੇਰੇ ਅੰਦਰ ਪਵਿੱਤਰ ਆਤਮਾ ਕਿਉਂ ਨਹੀਂ ਆਉਂਦਾ, ਮੇਰੇ ਅੰਦਰ ਕੋਈ ਕਮੀ ਹੈਗੀ, ਮੇਰੇ ਅੰਦਰ ਕੋਈ ਫਾਲਟ ਹੈਗਾ, ਕਿ ਮੈਂ ਪਰਮੇਸ਼ਵਰ ਦੀ ਵਿਧੀਆਂ ਦੇ ਅਨੁਸਾਰ ਨਹੀਂ ਚੱਲ ਰਿਹਾ, ਜਿੱਦਾਂ ਮੈਨੂੰ ਪਰਮੇਸ਼ਵਰ ਦਾ ਵਚਨ ਦੱਸਦਾ ਕਿ ਮੈਂ ਉਸ ਵਚਨ ਦੇ ਅਨੁਸਾਰ ਨਹੀਂ ਚੱਲ ਰਿਹਾ। ਹਾਲੇਲੂਯਾ, ਹਾਲੇਲੂਯਾ। ਅੱਜ ਸਾਡੇ ਅੰਦਰ ਵੀ ਪਵਿੱਤਰ ਆਤਮਾ ਆਉਣੀ ਚਾਹੀਦੀ। ਲਿਖਿਆ ਕਿ ਸਾਰਿਆਂ ਦੇ ਵਿੱਚ ਪਵਿੱਤਰ ਆਤਮਾ ਆ ਗਈ। ਬੋਲੋ ਸਾਰਿਆਂ ਦੇ ਵਿੱਚ, ਬੋਲੋ ਸਭਨਾਂ ਦੇ ਵਿੱਚ ਪਵਿੱਤਰ ਆਤਮਾ। ਹਾਲੇਲੂਯਾ, ਹਾਲੇਲੂਯਾ। ਸਭਨਾਂ ਦੇ ਵਿੱਚ ਪਵਿੱਤਰ ਆਤਮਾ ਆ ਗਈ। And they were all filled with the Holy Spirit. English likha hai? And they were all filled with the Holy Spirit. Pure sare pavitra atma de naal bhar gaye. Sare bhar gaye. Koi bhi nahi reha unna vich. Koi idda da nahi reha jithe pavitra atma nahi utriya. ਔਰ ਮੈਂ ਤੁਹਾਨੂੰ ਪਵਿੱਤਰ ਆਤਮਾ ਦੇ ਅਭਿਸ਼ੇਕ ਵਿੱਚ ਭਰਦਾ ਹੋਇਆ ਦੇਖਣਾ ਚਾਹੁੰਦਾ। ਆਮੀਨ। ਮੈਂ ਤੁਹਾਨੂੰ ਅੱਗ ਵਿੱਚ ਭਰਦਾ ਹੋਇਆ ਦੇਖਣਾ ਚਾਹੁੰਦਾ। ਆਮੀਨ। ਮੈਂ ਤੁਹਾਨੂੰ ਸਮਰਥੀ ਦੇਖਣਾ ਚਾਹੁੰਦਾ। ਆਮੀਨ। ਮੈਂ ਤੁਹਾਨੂੰ ਖੜਾ ਹੁੰਦਾ ਹੋਇਆ ਦੇਖਣਾ ਚਾਹੁੰਦਾ। ਆਮੀਨ। ਮੈਂ ਤੁਹਾਨੂੰ ਬਿਮਾਰ ਨਹੀਂ ਦੇਖਣਾ ਚਾਹੁੰਦਾ। ਆਮੀਨ। ਮੈਂ ਤੁਹਾਨੂੰ ਡਿੱਗਦਾ ਹੋਇਆ ਨਹੀਂ ਦੇਖਣਾ ਚਾਹੁੰਦਾ। ਆਮੀਨ। ਮੈਂ ਤੁਹਾਨੂੰ ਬੇਰੋਜ਼ਗਾਰ ਨਹੀਂ ਦੇਖਣਾ ਚਾਹੁੰਦਾ। ਆਮੀਨ। ਇਹ ਬੇਰੋਜ਼ਗਾਰੀ ਤੁਹਾਡਾ ਹਿੱਸਾ ਨਹੀਂ ਹੈ। ਆਮੀਨ। ਪਰੇਸ਼ਾਨੀ ਤੁਹਾਡਾ ਹਿੱਸਾ ਨਹੀਂ ਹੈ। ਆਮੀਨ। ਦੁੱਖ ਤੁਹਾਡਾ ਹਿੱਸਾ ਨਹੀਂ ਹੈ। ਆਮੀਨ। ਸ਼ੈਤਾਨ ਤੁਹਾਡੀ ਜ਼ਿੰਦਗੀ 'ਚ ਨਹੀਂ ਆ ਸਕਦਾ। ਆਮੀਨ। ਕਿਉਂਕਿ ਤੁਸੀਂ ਅੱਗ ਨਾਲ ਭਰੋ। ਆਮੀਨ। ਆਤਮਾ ਨਾਲ ਭਰੋ। ਸਮਰਥ ਨਾਲ ਭਰੋਗੇ। ਅੱਗ ਦੀਆਂ ਜੀਭਾਂ ਨਜ਼ਰ ਆਣਗੀਆਂ। ਅੰਨੇ ਅੰਨੇ ਭਾਸ਼ਾ ਤੁਹਾਡੇ ਤੇ ਉਤਰੇਗੀ। ਪਰਮੇਸ਼ਵਰ ਦਾ ਅਭਿਸ਼ੇਕ ਤੁਹਾਡੇ ਤੇ ਉਤਰੇਗਾ। ਯੀਸ਼ੂ ਦੀ ਅੱਗ ਤੁਹਾਡੇ ਤੇ ਆਏਗੀ। ਤੁਸੀਂ ਆਤਮਾ ਨਾਲ ਭਰ ਜਾਵੋਗੇ। ਉਸ ਸਮੇਂ ਸ਼ੈਤਾਨ ਜਲ ਜਾਏਗਾ। ਦੁਸ਼ਟ ਆਤਮਾ ਗਿਰ ਜਾਏਗਾ। ਤੁਸੀਂ ਪਰਮੇਸ਼ਵਰ ਦਾ ਕੰਮ ਕਰੋ, ਯੀਸ਼ੂ ਤੁਹਾਡਾ ਕੰਮ ਕਰੇਗਾ। ਤੁਸੀਂ ਪ੍ਰਭੂ ਯੀਸ਼ੂ ਦੇ ਪਿੱਛੇ ਪਿੱਛੇ ਚਲੋ, ਯੀਸ਼ੂ ਮਸੀਹ ਦੇ ਫਰਿਸ਼ਤੇ ਤੁਹਾਡੇ ਪਿੱਛੇ ਪਿੱਛੇ ਚੱਲਣਗੇ। ਤੁਸੀਂ ਯੀਸ਼ੂ ਮਸੀਹ ਦੇ ਕੰਮ ਨੂੰ ਕਰਨਾ ਸ਼ੁਰੂ ਕਰੋ, ਯੀਸ਼ੂ ਮਸੀਹ ਤੁਹਾਡੇ ਕੰਮ ਸਵਾਰਨੇ ਸ਼ੁਰੂ ਕਰ ਦੇਗਾ। ਆਮੀਨ। ਹਾਲੇਲੂਯਾ, ਹਾਲੇਲੂਯਾ। ਇੱਕ ਵਾਰ ਇੱਕ ਬਿੱਲੀ ਨੂੰ ਕਿਸੇ ਸਿਆਣੇ ਬੰਦੇ ਨੇ ਕਹਿਤਾ, ਸਿਆਣੇ ਬੰਦੇ ਨੇ ਕਹਿਤਾ, ਪਵਿੱਤਰ ਆਤਮਾ ਤੇਰੀ ਪੂਛ ਵਿੱਚ ਹੈਗੀ ਆ। ਪਵਿੱਤਰ ਆਤਮਾ ਕਿੱਥੇ? ਤੇਰੀ ਪੂਛ ਵਿੱਚ। ਬਿੱਲੀ ਕੀ ਕਰਨ ਲੱਗੀ? ਪੂਛ ਨੂੰ ਫੜਨ ਲੱਗੀ। ਪੂਛ ਉਹਦੇ ਪਿੱਛੇ ਪਿੱਛੇ ਦੇ ਆਪੇ ਘੁੰਮੀ ਆਇਆ, ਉਹਦੇ ਕੋਲ ਫੜੀ ਨਾ ਜਾਏ ਪੂਛ। ਉਹ ਪਵਿੱਤਰ ਆਤਮਾ ਨੂੰ ਫੜਨਾ ਚਾਹੁੰਦੇ ਸੀ। ਕਿਸੇ ਸਿਆਣੇ ਬੰਦੇ ਨੇ ਕਿਹਾ, ਮੂਰਖ ਭੈਣੇ ਤੂੰ ਅੱਗੇ ਅੱਗੇ ਚੱਲ, ਪੂਛ ਆਪਣੇ ਆਪ ਤੇਰੇ ਪਿੱਛੇ ਪਿੱਛੇ ਆਏਗੀ। ਆਪਣੇ ਆਪ ਪਵਿੱਤਰ ਆਤਮਾ ਤੇਰੇ ਨਾਲ ਨਾਲ ਆਈ। ਤੂੰ ਯੀਸ਼ੂ ਦੇ ਪਿੱਛੇ ਪਿੱਛੇ ਚੱਲ, ਪਵਿੱਤਰ ਆਤਮਾ ਤੇਰੇ ਨਾਲ ਨਾਲ ਚੱਲੇਗੀ। ਤੂੰ ਯੀਸ਼ੂ ਦੇ ਮਗਰ ਮਗਰ ਚੱਲ, ਤੁਸੀਂ ਯੀਸ਼ੂ ਦੇ ਪਿੱਛੇ ਪਿੱਛੇ ਚੱਲੋ, ਜਿੱਦਾਂ ਯੀਸ਼ੂ ਕਹਿੰਦਾ ਉਹਦੇ ਮਗਰ ਮਗਰ ਚੱਲੋ, ਜਿੱਦਾਂ ਬੱਚਨ ਕਹਿੰਦਾ ਉਹਦੇ ਮਗਰ ਮਗਰ ਚੱਲੋ। ਪਵਿੱਤਰ ਆਤਮਾ ਆਪਣੇ ਆਪ ਹੀ ਤੁਹਾਡੇ ਨਾਲ ਨਾਲ ਆਏਗੀ। ਉਹਨੂੰ ਫੜਨ ਦੀ ਜ਼ਰੂਰਤ ਨਹੀਂ, ਉਹਨੂੰ ਲੱਭਣ ਦੀ ਜ਼ਰੂਰਤ ਨਹੀਂ, ਕਿਉਂਕਿ ਪਰਮੇਸ਼ਵਰ ਦਾ ਪਵਿੱਤਰ ਆਤਮਾ ਕਹਿੰਦਾ ਮੈਂ ਤੁਹਾਡੇ ਨਾਲ, ਮੈਂ ਤੁਹਾਡੇ ਅੰਗ ਸੰਗ, ਮੈਂ ਤੁਹਾਡੇ ਨਾਲ ਨਾਲ ਰਹਿਣਾ। ਜਿੱਥੇ ਕਿਤੇ ਤੁਸੀਂ ਜਾਓਗੇ ਮੈਂ ਤੁਹਾਡੇ ਸੰਗ ਸੰਗ ਚੱਲਾਂਗਾ। ਹਾਲੇਲੂਯਾ, ਹਾਲੇਲੂਯਾ। ਜਾਂਦਾ ਨਹੀਂ ਪਰਮੇਸ਼ਵਰ ਦਾ ਆਤਮਾ ਸਾਡੇ ਨਾਲ ਨਾਲ? ਯੀਸ਼ੂ ਮਸੀਹ ਸਾਡੇ ਸੰਗ ਸੰਗ ਨਹੀਂ ਚੱਲਦਾ? ਜਦੋਂ ਤੁਸੀਂ ਹਸਪੀਟਲ ਸੀ ਤੇ ਪਰਮੇਸ਼ਵਰ ਸਾਡੀ ਗੱਲ ਨਾਲ ਗੱਲ ਲਾ ਕੇ ਸਾਡੇ ਨਾਲ ਰਹਿੰਦਾ ਸੀ। ਜਦੋਂ ਤੁਸੀਂ ਬਿਮਾਰ ਸੀ ਤੇ ਪਰਮੇਸ਼ਵਰ ਸਾਡੇ ਤੇ ਹੱਥ ਰੱਖ ਕੇ ਸਾਨੂੰ ਚੰਗਾਈ ਦਿੰਦਾ। ਹਾਲੇਲੂਯਾ, ਹਾਲੇਲੂਯਾ। ਦੁਸ਼ਟ ਆਤਮਾ ਸਾਨੂੰ ਗਿਰਾਉਣ ਦੀ ਕੋਸ਼ਿਸ਼ ਕਰਦਾ, ਯੀਸ਼ੂ ਮਸੀਹ ਸਾਨੂੰ ਖੜਾ ਕਰਦਾ। ਹਾਲੇਲੂਯਾ, ਉਹ ਸਾਨੂੰ ਪਾਵਰ ਦਿੰਦਾ। ਹਾਲੇਲੂਯਾ, ਉਹ ਸਾਨੂੰ ਬਲ ਦਿੰਦਾ, ਸਾਨੂੰ ਸ਼ਕਤੀ ਦਿੰਦਾ, ਸਾਨੂੰ ਸਮਰਥ ਦਿੰਦਾ। ਪਰਮੇਸ਼ਵਰ ਆਪਣਾ ਗਿਆਨ ਦਿੰਦਾ, ਆਪਣੀ ਬੁੱਧੀ ਦਿੰਦਾ, ਆਪਣੀ ਸਮਝ ਦਿੰਦਾ, ਜਿਸ ਤੱਕ ਅਸੀਂ ਪਰਮੇਸ਼ਵਰ ਦੇ ਅਭਿਸ਼ੇਕ ਵਿੱਚ ਵੱਧ ਸਕੀਏ। ਪਵਿੱਤਰ ਆਤਮਾ ਦੇ ਅਭਿਸ਼ੇਕ ਨੂੰ ਵੀ ਤੁਸੀਂ ਠੀਕ ਕਰ ਪਾਓਗੇ, ਸਪਿਰਚੁਅਲ ਲਾਈਫ ਨੂੰ ਤੁਸੀਂ ਚੰਗਾ ਕਰ ਪਾਓਗੇ, ਆਤਮਿਕ ਜ਼ਿੰਦਗੀ ਨੂੰ ਸਹੀ ਢੰਗ ਨਾਲ ਜੀ ਪਾਓਗੇ ਤੁਸੀਂ। ਜਦੋਂ ਤੁਹਾਡੀ ਫਿਜ਼ੀਕਲੀ ਕੰਡੀਸ਼ਨ ਸਹੀ ਨਹੀਂ ਹੈ, ਫਿਜ਼ੀਕਲੀ ਪੋਜੀਸ਼ਨ ਤੁਹਾਡੀ ਸਹੀ ਨਹੀਂ ਹੈ, ਸਰੀਰਕ ਪੋਜੀਸ਼ਨ ਤੁਹਾਡੀ ਠੀਕ ਨਹੀਂ ਹੈ, ਔਰ ਤੁਸੀਂ ਆਤਮਿਕ ਪੋਜੀਸ਼ਨ ਵੀ ਤੁਹਾਡੀ ਠੀਕ ਨਹੀਂ ਹੋ ਸਕਦੀ। ਹਾਲੇਲੂਯਾ, 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 ਹਾਲੇਲੂਯਾ। ਸਰੀਰਕ ਪੋਜੀਸ਼ਨ ਸਾਡੀ ਕੀ ਹੈ? ਅਸੀਂ ਆਤਮਿਕ ਹੈਗੇ ਆ, ਲੇਕਿਨ ਸਾਡਾ ਜਿਹੜਾ ਬੈਠਣ ਖਲੋਣਾ ਉਹ ਉਹਨਾਂ ਦੇ ਲੋਕਾਂ ਦੇ ਨਾਲ ਹੈ ਜਿਹੜੇ ਲੋਕ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ। ਸਾਡੀ ਸਰੀਰਕ ਪੋਜੀਸ਼ਨ ਗਲਤ ਹੈਗੀ, ਅਸੀਂ ਉਹਨਾਂ ਲੋਕਾਂ ਦੇ ਨਾਲ ਸੰਗਤੀ ਕਰ ਰਹੇ ਹਾਂ ਜਿਹੜੇ ਲੋਕ ਪਰਮੇਸ਼ਵਰ ਨੂੰ ਨਹੀਂ ਜਾਣਨਾ ਚਾਹੁੰਦੇ, ਨਾ ਉਹਦੇ ਨਾਲ ਨਫ਼ਰਤ ਕਰਨਾ ਚਾਹੁੰਦੇ। ਸਾਡੀ ਸਰੀਰਕ ਪੋਜੀਸ਼ਨ ਕੀ ਜਾ ਰਹੀ ਹੈ? ਉਹਨਾਂ ਲੋਕਾਂ ਦੇ ਨਾਲ ਜਿਹੜੇ ਆਤਮਿਕ ਨਹੀਂ ਹੈਗੇ, ਤੇ ਸਾਡੀ ਆਤਮਿਕ ਪੋਜੀਸ਼ਨ ਵੀ ਗਲਤ ਹੋ ਜਾਏਗੀ, ਖਰਾਬ ਹੋ ਜਾਏਗੀ। ਅਸੀਂ ਆਤਮਾ ਵਿੱਚ ਕਮਜ਼ੋਰ ਪਵਾਂਗੇ, ਰਵਾਂਗੇ ਜ਼ਰੂਰ ਉਹਨਾਂ ਦੇ ਨਾਲ। ਅਗਰ ਸਾਡੀ ਮਜ਼ਬੂਰੀ ਆ, ਅਸੀਂ ਉਹਨਾਂ ਨਾਲ ਕੰਮ ਕਰ ਰਹੇ ਹਾਂ, ਸਾਡੀ ਇੱਕ ਮਜ਼ਬੂਰੀ ਆ, ਅਸੀਂ ਉਹਨਾਂ ਲੋਕਾਂ ਨਾਲ ਕੰਮ ਕਰ ਰਹੇ ਹਾਂ, ਪਰ ਸਾਡੇ ਅੰਦਰ ਇੱਕ ਪਵਿੱਤਰ ਆਤਮਾ, ਉਸ ਆਤਮਾ ਨੂੰ ਗੁੱਝਣ ਨਹੀਂ ਦੇਣਾ, ਆਤਮਾ ਵਿੱਚ ਸਰਗਰਮ ਰਹਿਣਾ।
ਆਤਮਾ ਵਿੱਚ ਹਮੇਸ਼ਾ ਲੀਨ ਰਹਿਣਾ ਸੀ। ਮੈਂ ਆਪਣੇ ਆਫਿਸ ਚ ਹੋਵਾਂ, ਚਾਹੇ ਮੈਂ ਕਲਾਸ ਚ ਹੋਵਾਂ, ਚਾਹੇ ਮੈਂ ਗਰਾਊਂਡ ਚ ਹੋਵਾਂ, ਲੇਕਿਨ ਮੇਰੇ ਅੰਦਰੋਂ ਹੋਲੀ ਸਪਿਰਿਟ ਕੰਮ ਕਰਦੀ ਰਹਿੰਦੀ ਹੈ। ਮੈਂ ਅੰਨੀ ਭਾਸ਼ਾ ਚ ਪ੍ਰਾਰਥਨਾ ਕਰਦਾ ਹੀ ਰਹਿੰਦਾ ਅੰਦਰੋਂ। ਰੀਸਾ ਮਾਲਾ ਪਾਪਾ ਰਸੇ ਨਾ ਖਤਰ ਮਾ ਮਹਿੰਦਲ ਫਰਸ਼ੀ ਨਾ ਖਤਰ ਮੰਡਾ ਲੁਬਾਰਾ ਕਮਰਿਸ਼ਾ। ਮੇਰੀ ਆਤਮਾ ਵਿੱਚ ਪ੍ਰਾਰਥਨਾ ਚਲਦੀ ਰਹਿੰਦੀ ਹੈ। ਰਾਤ ਮੈਂ ਲੇਟਿਆ ਸੀ ਪ੍ਰੇਅਰ ਕਰਦਾ ਕਰਦਾ, ਪਰ ਮੇਰੀ ਆਤਮਾ ਪ੍ਰਾਰਥਨਾ ਕਰ ਰਹੀ ਸੀ, ਮੇਰੀ ਆਤਮਾ ਪ੍ਰਾਰਥਨਾ ਕਰਦੀ ਰਹੀ। ਜਦੋਂ ਕਮਰ ਥੱਕ ਗਈ ਮੈਂ ਇੱਦਾਂ ਲੇਟ ਗਿਆ, ਜਦੋਂ ਮੈਂ ਉੱਠ ਕੇ ਦੇਖਿਆ ਤਾਂ 3:30 ਹੋਏ, ਪਰ ਮੇਰੀ ਆਤਮਾ ਪ੍ਰਾਰਥਨਾ ਕਰ ਰਹੀ ਸੀ। ਫਿਰ ਮੈਂ ਉੱਠਿਆ, ਥੋੜਾ ਰੈਸਟ ਕੀਤੀ, ਦੇਖਿਆ ਤਾਂ ਫਿਰ ਵੀ ਨੀਂਦ ਨਹੀਂ ਸੀ ਹੈਗੀ। ਹਾਲੇਲੂਇਆ ਹਾਲੇਲੂਇਆ। ਪਰ ਆਤਮਾ ਅਗਰ ਤੁਹਾਡੇ ਅੰਦਰ ਹੈ, ਪਵਿੱਤਰ ਆਤਮਾ ਦਾ ਅਭਿਸ਼ੇਕ ਤੁਹਾਡੇ ਵਿੱਚ ਹੈ, ਉਹ ਹਮੇਸ਼ਾ ਜਾਗਦਾ ਰਹੇਗਾ, ਪ੍ਰਾਰਥਨਾ ਕਰਦਾ ਰਹੇਗਾ। ਹਾਲੇਲੂਇਆ 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 ਹਾਲੇਲੂਇਆ। ਇਸੇ ਕਰਕੇ ਪਰਮੇਸ਼ਰ ਨੇ ਆਪਣੇ ਚੇਲਿਆਂ ਨੂੰ ਗੱਲ ਕਹੀ ਸੀ ਕਿ ਆਤਮਾ ਵਿੱਚ ਜਾਗਦੇ ਰਹੋ ਤੇ ਪ੍ਰਾਰਥਨਾ ਕਰਦੇ ਰਹੋ, ਕਿਤੇ ਪ੍ਰੀਖਿਆ ਵਿੱਚ ਨਾ ਪੈ ਜਾਇਓ। ਚੇਲਿਆਂ ਦੀ ਪ੍ਰੀਖਿਆ ਉਦੋਂ ਆਈ ਸੀ ਜਦੋਂ ਉਹ ਸੌਂ ਗਏ। ਕਿੱਦਾਂ ਸੋਏ? ਸਰੀਰ ਚ ਨੀ, ਆਤਮਾ ਚ ਸੁੱਤੇ ਹੋ। ਸਰੀਰ ਤੇ ਸੋਣਾ ਸਾਡਾ, ਪਰ ਆਤਮਾ ਵਿੱਚ ਸੁੱਤੇ ਹੋ। ਜਦੋਂ ਆਤਮਾ ਵਿੱਚ ਸੁੱਤੇ ਤੁਹਾਡੇ ਤੇ ਪ੍ਰੀਖਿਆ ਆਈ। ਇਹ ਨੀ ਪ੍ਰਭੂ ਨੇ ਲਿਖਿਆ ਬਚਨ ਵਿੱਚ ਕਿ ਤੁਹਾਡੇ ਤੇ ਪ੍ਰੀਖਿਆ ਨਹੀਂ ਆਏਗੀ। ਕੀ ਲਿਖਿਆ? ਜਾਗਦੇ ਰਹੋ, ਪ੍ਰਾਰਥਨਾ ਕਰਦੇ ਰਹੋ, ਕਿਤੇ ਪ੍ਰੀਖਿਆ ਵਿੱਚ। ਪ੍ਰਭੂ ਨੇ ਗੱਲ ਪਹਿਲੇ ਅਗਾਹ ਕਰਤੀ ਹੈ ਕਿ ਪ੍ਰੀਖਿਆ ਵਿੱਚ ਨਾ ਪੈ ਜਾਓ। ਇਹਦਾ ਮਤਲਬ ਇਹ ਨਹੀਂ ਹੈ ਕਿ ਪ੍ਰੀਖਿਆ ਨਹੀਂ ਆਏਗੀ, ਪ੍ਰੀਖਿਆ ਸਾਡੇ ਵਿੱਚ ਆਏਗੀ ਸਾਡੇ ਜੀਵਨ ਵਿੱਚ। ਲੇਕਿਨ ਅਗਰ ਜਾਗਦੇ ਪਏ ਹਾਂ, ਪ੍ਰਾਰਥਨਾ ਕਰ ਰਹੇ ਹਾਂ, ਪ੍ਰਭੂ ਦੇ ਨਾਲ ਅਸੀਂ ਜੁੜੇ ਹੋਏ ਹਾਂ, ਆਤਮਿਕ ਰੀਤੀ ਨਾਲ ਅਸੀਂ ਮਜ਼ਬੂਤ ਹੋ ਗਏ ਹਾਂ, ਤੇ ਫਿਰ ਉਹ ਪ੍ਰੀਖਿਆ ਸਾਡੇ ਜੀਵਨ ਵਿੱਚ ਕਦੇ ਵੀ ਨਹੀਂ ਆਏ। ਹਾਲੇਲੂਇਆ 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 ਹਾਲੇਲੂਇਆ। ਅਗਰ ਤੁਹਾਡੀ ਆਤਮਿਕ ਪੋਜੀਸ਼ਨ ਸਹੀ ਹੈ ਤੇ ਅੱਜ ਬਰਕਤ ਤੁਹਾਡੀ ਹੈ। ਆਮੇਨ। ਆਮੇਨ। ਅੱਜ ਤੁਹਾਡੀ ਆਤਮਿਕ ਪੋਜੀਸ਼ਨ ਸਹੀ ਹੈ ਤਾਂ ਆਸ਼ੀਸ਼ ਤੁਹਾਡੀ ਹੈ। ਆਮੇਨ। ਅੱਜ ਆਤਮਿਕ ਪੋਜੀਸ਼ਨ ਤੁਹਾਡੀ ਠੀਕ ਹੈ ਤੇ ਬਰਕਤ ਤੁਹਾਡੀ ਹੈ। ਆਮੇਨ। ਅੱਜ ਆਤਮਿਕ ਪੋਜੀਸ਼ਨ ਤੁਹਾਡੀ ਠੀਕ ਹੈ ਤੇ ਤੁਸੀਂ ਅੱਗ ਦੀਆਂ ਜੀਭਾਂ ਤੁਹਾਡੇ ਜੀਵਨ ਵਿੱਚ ਆਣਗੀਆਂ। ਆਮੇਨ। ਆਤਮਿਕ ਪੋਜੀਸ਼ਨ ਤੁਹਾਡੀ ਸਹੀ ਹੈ ਤੇ ਅੱਜ ਤੁਸੀਂ ਸ਼ੈਤਾਨ ਨੂੰ ਗਿਰਦਾ ਹੋਇਆ ਦੇਖੋਗੇ। ਆਮੇਨ। ਅਗਰ ਆਤਮਿਕ ਦੇ ਰੀਤੀ ਨਾਲ ਤੁਸੀਂ ਮਜ਼ਬੂਤ ਹੋ ਤੇ ਅੱਜ ਬਿਮਾਰੀ ਨੂੰ ਆਪਣੀ ਜ਼ਿੰਦਗੀ ਵਿੱਚੋਂ ਜਿੰਦਾ ਹੋਇਆ ਦੇਖੋਗੇ। ਆਓ ਅੱਖਾਂ ਬੰਦ ਕਰੀਏ ਤੇ ਅੱਗ ਦੀਆਂ ਜੀਭਾਂ ਨੂੰ ਅਸੀਂ ਆਪਣੇ ਉੱਤੇ ਆਉਂਦਾ ਹੋਇਆ ਦੇਖੀਏ ਤੇ ਅੰਨੇ ਅੰਨੇ ਭਾਸ਼ਾ ਵਿੱਚ ਆਪਣੇ ਆਪ ਨੂੰ ਅਸੀਂ ਭਰੀਏ। ਉਸ ਪਵਿੱਤਰ ਆਤਮਾ ਨੂੰ ਬੁਲਾਈਏ ਜਿਹੜੀ ਪਵਿੱਤਰ ਆਤਮਾ ਪਿੰਤੇ ਕੁਸਤੇ ਦਿਨ ਲੋਕਾਂ ਦੇ ਉੱਤੇ ਉਤਰੀ ਸੀ, ਅੱਜ ਸਾਡੇ ਉੱਤੇ ਵੀ ਉਤਰੇ। ਇੱਥੇ ਲਿਖਿਆ ਕਿ ਸਭ ਲੋਕਾਂ ਤੇ ਪਵਿੱਤਰ ਆਤਮਾ ਉਤਰਿਆ, ਸਭ ਲੋਕਾਂ ਤੇ ਪਵਿੱਤਰ ਆਤਮਾ ਉਤਰਿਆ। ਅੱਜ ਅਸੀਂ ਦੇਖਣਾ ਕਿ ਸਾਡੇ ਤੇ ਪਵਿੱਤਰ ਆਤਮਾ ਉਤਰਨਾ ਚਾਹੀਦਾ, ਸਭਨਾਂ ਦੇ ਉੱਤੇ ਉਤਰਨਾ ਚਾਹੀਦਾ, ਅੱਗ ਦੀਆਂ ਜੀਭਾਂ ਨਜ਼ਰ ਆਉਣੀਆਂ ਚਾਹੀਦੀਆਂ, ਪਵਿੱਤਰ ਆਤਮਾ ਦਾ ਅਭਿਸ਼ੇਕ ਤੁਹਾਡੇ ਉੱਤੇ ਆਉਣਾ ਚਾਹੀਦਾ। ਸਭ ਅੱਗ ਦੇ ਨਾਲ ਭਰ ਗਏ, ਸਭ ਆਤਮਾ ਨਾਲ ਭਰ ਗਏ, ਸਭ ਸ਼ਕਤੀ ਨਾਲ ਭਰ ਗਏ, ਸਾਰੀ ਸਮਰਥ ਨਾਲ ਸਭ ਲੋਕ ਭਰ ਗਏ ਔਰ ਸਭ ਨਾਲ ਅੰਨੇ ਅੰਨੇ ਭਾਸ਼ਾ ਵਿੱਚ ਗੱਲਾਂ ਕਰਨ ਲੱਗੇ। ਆਓ ਅੱਜ ਅਸੀਂ ਵੀ ਪਰਮੇਸ਼ਵਰ ਦੇ ਅਭਿਸ਼ੇਕ ਨੂੰ ਲਈਏ, ਉਹ ਪਰਮੇਸ਼ਵਰ ਦੀ ਆਤਮਾ ਨੂੰ ਲਈਏ, ਆਪਣੇ ਅੰਦਰ ਆਉਣ ਦਈਏ ਪਰਮੇਸ਼ਵਰ ਦੀ ਆਤਮਾ ਨੂੰ ਔਰ ਅਸੀਂ ਉਸਦੇ ਅਭਿਸ਼ੇਕ ਵਿੱਚ ਭਰ ਜਾਈਏ ਔਰ ਉਹ ਅੰਨੇ ਅੰਨੇ ਭਾਸ਼ਾ ਦਾ ਵਰਦਾਨ ਜਿਹੜਾ ਪਰਮੇਸ਼ਵਰ ਸਾਨੂੰ ਦੇਣਾ ਚਾਹੁੰਦਾ ਉਸਨੂੰ ਹੀ ਲੈ ਲਈਏ। ਆਪਣੀਆਂ ਅੱਖਾਂ ਬੰਦ ਕਰੋ, ਆਪਣੇ ਹੱਥਾਂ ਨੂੰ ਉਠਾਓ ਤੇ ਪ੍ਰਾਰਥਨਾ ਕਰਨੀ ਸ਼ੁਰੂ ਕਰੋ। ਇਸ ਵਚਨ ਦੇ ਦੁਆਰਾ ਪਰਮੇਸ਼ਵਰ ਤੁਹਾਨੂੰ ਬਹੁਤ ਆਸ਼ੀਸ਼ ਦੇਵੇ।